ਉਹ ਸਮਾਂ ਜਦੋਂ ਪੂਰੇ ਨਿਹੰਗ ਦੇ ਇਸ ਤਰੀਕੇ ਦੇ ਚਰਚੇ ਹੋਣੇ, ਭਾਈ ਬਲਵਿੰਦਰ ਸਿੰਘ ਜਟਾਣਾ ਦੇ ਉੱਤੇ ਉਸਦੇ ਵੱਲੋਂ ਉਸਦੇ ਪਰਿਵਾਰ ਦੇ ਉੱਤੇ ਐਡਾ ਵੱਡਾ ਤਸ਼ੱਦਦ ਕੀਤਾ ਗਿਆ ਸੀ ਪੂਰੇ ਨਿਹੰਗ ਦੇ ਵੱਲੋਂ, ਉਸ ਨੂੰ ਸੋਧਾ ਲਾਇਆ ਮਹਿਸੂਸ ਕੀ ਕਰ? ਪੂਲੇ ਪਿੰਡ ਦਾ ਗੁਰਦੁਆਰਾ ਸਾਹਿਬ ਇਹਨੇ ਸਾਂਭਿਆ ਹੋਇਆ ਸੀ ਅਤੇ ਪੂਲੇ ਪਿੰਡ 'ਤੇ ਇਹਦੀ ਦਾਇਸ਼ ਤਾਂ ਹੈਗੀ ਹੈਗੀ ਬਹੁਤ ਜ਼ਿਆਦਾ, ਅਤੇ ਲਾਗੇ ਲਾਗੇ ਸਾਡੇ ਜਿੰਨੇ ਵੀ ਪਿੰਡ ਪੈਂਦੇ ਨਾ ਮਾੜੀ ਕੰਬੋਕੇ ਦੇ ਲਾਗੇ ਲਾਗੇ ਪਿੰਡ ਜਿੰਨੇ ਵੀ, ਅਤੇ ਟੋਟਲ ਇਹਦੇ ਇਹਦੀ ਬਹੁਤ ਜ਼ਿਆਦਾ ਜਿਹੜੀ ਆ ਦਹਿਸ਼ਤ ਹੁੰਦੀ ਸੀ। ਇੱਧਰ ਬਾਬਾ ਬਕਾਲਾ ਹੋਇਆ, ਛਟਿਆਲਾ ਹੋਇਆ, ਬਤਾਲਾ ਹੋਇਆ, ਇਹ ਸਾਰੇ ਪਿੰਡ ਇੱਧਰੋਂ ਬਾਬੇ ਬਕਾਲੇ 'ਚੋਂ ਪੂਲੇ ਦੇ ਨਾਂ 'ਤੇ ਸਹਿਮੇ ਹੁੰਦੇ ਸੀ। ਜਦੋਂ ਇਹ ਲੰਘਦਾ ਹੁੰਦਾ ਸੀ ਪੂਰੀ ਦਹਿਸ਼ਤ ਹੁੰਦੀ ਸੀ, ਜਿਸ ਤਰ੍ਹਾਂ ਇਹਦੀ ਗੱਡੀ 'ਤੇ LLMG ਫਿੱਟ ਹੋਣੀ, ਨਿਹੰਗ ਸਿੰਘ ਨਾਲ ਹੋਣੇ, ਅਸਲਾ ਵਾਧੂ ਨਾਲ ਹੋਣਾ, ਗਨਮੈਨ ਹੋਣੇ, ਜੋਗੇ ਖਾਨਪੁਰੀਏ ਦਾ ਪਰਿਵਾਰ ਲਾ ਲਓ ਸਾਰਾ ਇਹਨੇ ਸ਼ਹੀਦ ਕੀਤਾ ਗੋਲੀਆਂ ਮਾਰ ਕੇ, ਚਾਹੇ ਬਲਵਿੰਦਰ ਸਿੰਘ ਜਟਾਣੀ ਦਾ ਪਰਿਵਾਰ ਲਾ ਲਓ ਗੋਲੀਆਂ ਮਾਰ ਕੇ ਸ਼ਹੀਦ ਕੀਤਾ, ਅਤੇ ਉਸ ਤੋਂ ਬਾਅਦ ਅੱਗ ਲਾ ਤੀ ਜੇਲ੍ਹ ਦੇ ਵਿੱਚ। ਤੁਹਾਡੇ ਮਾਇੰਡ ਦੇ ਵਿੱਚ ਬਚਪਨ 'ਚ ਸੀਗਾ ਗੁੱਗੂ ਹੋਣਾ ਦੇ ਨਾਲ ਤੁਹਾਡਾ ਇੱਕ ਗੱਲਬਾਤ ਹੋ ਜਾਂਦੀ ਹੈ, ਤੁਸੀਂ ਇੱਕ ਪਲਾਨ ਬਣਾ ਲੈਂਦੇ ਹੋ, ਕਿਵੇਂ ਪਲਾਨ ਸਭ ਤੋਂ ਪਹਿਲਾਂ ਤੁਸੀਂ ਡਿਸਕਸ ਕੀਤਾ ਸੀ ਜਾਂ ਨਵਤੇਜ ਗੁੱਗੂ ਹੋਰਾਂ ਨੇ ਕੀਤਾ ਸੀ? ਇੱਕ ਨਾ ਮੁੰਡਾ ਜੋਤਾ ਜੋਤਾ, ਅਤੇ ਉਹਦੇ ਨਾਲ ਮੈਂ ਗੱਲ ਕੀਤੀ, ਉਦੋਂ ਗੱਗੂ ਵੀ ਅੰਦਰ ਸੀ ਅਤੇ ਜੋਤਾ ਵੀ ਨਾਲ, ਸਾਰੇ ਅਸੀਂ ਇਕੱਠੇ ਹੀ ਹਾਂ। ਮੁੰਡਾ ਜੋਤਾ, ਅਤੇ ਉਹਦੇ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਜਿਹੜਾ ਪੂਲਾ ਨਿਹੰਗ ਆ ਬਹੁਤ ਜ਼ਿਆਦਾ ਖਤਰਨਾਕ ਬੰਦਾ, ਅਤੇ ਉਸ ਟਾਈਮ 'ਤੇ ਪੂਲਾ ਜਿਹੜਾ ਉਹ ਰਿਮਾਂਡ 'ਤੇ ਚੱਲ ਰਿਹਾ ਸੀ, ਅਤੇ ਮੈਂ ਪੂਲੇ ਨੇ ਜਦੋਂ ਅੰਦਰ ਆ ਗਿਆ ਅਤੇ ਆਹ ਗੱਲਬਾਤ ਆਪਾਂ ਕਰਨੀ, ਕਹਿੰਦਾ ਕੋਈ ਗੱਲ ਨਹੀਂ ਵੀਰ ਤੇਰੇ ਨਾਲ ਆ ਅਸੀਂ, ਚਾਹੇ ਬਲਵਿੰਦਰ ਸਿੰਘ ਜਟਾਣਾ ਹੋਇਆ, ਚਾਹੇ ਜੋਗਾ ਖਾਨਪੁਰੀਆ ਹੋਇਆ, ਪਰਿਵਾਰ ਛੋਟੇ ਛੋਟੇ ਇੱਕ ਸਾਲ ਸਾਲ ਦੇ ਬੱਚੇ ਮਾਰੇ ਆ ਸਿਰ 'ਚ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਆ, ਜਦੋਂ ਭਾਅ ਜੀ ਉਹਨਾਂ ਦੀਆਂ ਅਸੀਂ ਫੋਟੋਆਂ ਵੇਖਣੇ ਹਨ ਅਤੇ ਉਹ ਬੁੱਕ ਖੋਲ੍ਹ ਕੇ ਵੇਖਣੀ, ਅਤੇ ਸਾਡੇ ਲੂਈ ਕੰਢੇ ਖੜ੍ਹੇ ਹੋ ਜਾਂਦੇ ਹੈਡੋਮੈਟਿਕ ਵੀ ਪੂਲੇ ਨੂੰ ਵਿੱਚੋਂ ਫੜ ਕੇ ਅਤੇ ਪਾੜ ਹੀ ਦਈਏ ਵੀ ਆਹ ਕੀਤਾ ਕੀ ਹੈ ਇਹਨੇ। ਮੈਂ ਇਹ ਨਹੀਂ ਆਉਂਦਾ ਵੀ ਮੇਰਾ ਸੰਯੋਗ ਜ਼ਿਆਦਾ ਅਤੇ ਨਵਤੇਜ ਦਾ ਘੱਟ ਆ, ਉਨਾ ਹੀ ਨਵਤੇਜ ਦਾ ਅਤੇ ਉਨਾ ਹੀ ਦਾਸ ਦਾ ਹੈ। ਪੂਲੇ ਨੂੰ ਕਿਵੇਂ ਫਿਰ ਉਹਦੀ ਰੇਕੀ ਕੀਤੀ, ਕਿਵੇਂ ਪਤਾ ਲੱਗਦਾ ਸੀ ਇਸ ਬੈਰਕ ਦੇ ਵਿੱਚ ਇੰਨੇ ਵਜੇ ਖੁੱਲ੍ਹਦਾ, ਇੰਨੇ ਵਜੇ ਮੰਦੀ ਹੁੰਦਾ? ਜਿੱਦਣ ਜੇਲੇ ਆਉਣਾ ਸੀ ਅਤੇ ਉੱਦਣ ਅਸੀਂ ਦੋ ਚਾਰ ਮੁੰਡੇ ਨਾਲ ਤਿਆਰ ਕੀਤੇ ਆ, ਇੱਕ ਕਿਰਚਾਂ ਬਣਾਈਆਂ, ਕਿਰਚਾਂ ਉਹ ਬਣਾਈਆਂ ਜਿਹੜੀਆਂ ਕੜਛੀਆਂ ਕੁੜਛੀਆਂ ਚਮਚੇ ਚੁਮਚੇ ਤੋੜ ਕੇ, ਫਿਰ ਨਵੇਂ ਮਲਾਜੇ ਦੇ ਵਿੱਚ ਇਹਦੇ ਜਾ ਕੇ ਅਸੀਂ ਗਲ ਪੈਣਾ। ਇਹਦੀ ਰੈਕੀ ਮੈਂ ਕਰਨ ਜਾਂਦਾ ਰਿਹਾ, ਦੋ ਤਿੰਨ ਵਾਰਾਂ ਗਿਆ ਵੀ ਕਿੱਥੇ ਬਹਿੰਦਾ ਕੀ ਕਰਦਾ, ਫਿਰ ਸਾਡਾ ਪਲੈਨ ਬਣ ਜਾਂਦਾ 222 ਨੰਬਰ ਜਿਹੜਾ ਦਾਤਰੇ ਉਹ ਬਾਹਰੋਂ ਮੰਗਾਇਆ, ਵੀ ਜਿਹੜੇ ਇਹਦੇ ਗੋਟਿਆ ਦੋਵੇਂ ਜਿਹੜੇ ਹੱਥਾਂ ਨਾਲ ਮਾੜੇ ਕੰਮ ਕਰਦਾ ਜਾਂ ਕਰਵਾਉਂਦਾ, ਅਤੇ ਅਸੀਂ ਜਿਹੜੇ ਇਹਦੇ ਗੋਟਿਆ ਉਹ ਦੋਵੇਂ ਲਾ ਲਿਆਈਏ। ਉਸ ਤੋਂ ਬਾਅਦ ਅਸੀਂ ਪਲੈਨ ਇਹੋ ਬਣਾਇਆ ਵੀ ਤੇਲ ਕੱਢੀਏ ਜਨਰੇਟਰ 'ਚੋਂ, ਇਹਦੇ ਉੱਤੇ ਪਾਈਏ ਅਤੇ ਅੱਗ ਲਾ ਦਈਏ। ਅਸੀਂ ਲੱਤਾਂ ਨੂੰ ਤੇਲ ਲਾਇਆ ਸ਼ਰੇਆਮ, ਅਤੇ ਉੱਥੇ ਖੜ੍ਹ ਨਹੀਂ ਸਕਦੇ, ਐਡਾ ਡੋਲੂ ਉਹਦਾ ਢੱਕਣ ਸੁੱਟਿਆ, ਲੱਤਾਂ ਤੋਂ ਤੇਲ ਕੱਢਿਆ, ਤੇਲ ਲਾਇਆ ਇੱਥੇ ਜਰਾਬਾਂ ਦੇ ਨਾਲ, ਜਦੋਂ ਅਸੀਂ ਅੱਗ ਲਾ ਕੇ ਅਤੇ ਦੋ ਤਿੰਨ ਲੰਬਰ ਕਮਰੇ 'ਚੋਂ ਦੋ 'ਚ ਵੜੇ ਆ ਦੋਵੇਂ ਜਣੇ, ਅਸੀਂ ਅੰਦਰ ਗਏ ਹਾਂ, ਅਸੀਂ ਆ ਪਾਪੀਆਂ ਅੰਤ ਆ ਗਿਆ ਤੇਰਾ, ਹੋ ਜਾ ਤਿਆਰ। ਅਤੇ ਪੂਲੇ ਦੇ ਅਖਬਾਰ ਜਿਹੜੀ ਪੜ੍ਹਦਾ ਪੜ੍ਹਦਾ ਸਾਡੇ ਲਈ ਜੋ ਵੇਖਿਆ ਨੇ, ਅਸੀਂ ਨਾਲ ਹੀ ਤੇਲ ਪਾਇਆ, ਮੈਂ ਇੱਥੇ ਮੰਨਦਾ ਵੀ ਗੱਗੂ ਨੇ ਤੇਲ ਪਾਇਆ, ਨਾਲ ਹੀ ਮੈਂ ਅੱਗ ਲਾ ਦਿੱਤੀ। ਅੱਗ ਉਹਨੂੰ ਇੰਨੀ ਲੱਗ ਚੁੱਕੀ ਸੀ ਵੀ ਜਿਹੜਾ ਸਾਰੀ ਜਿਹੜੀ ਚਮੜੀ ਆ 80-85% ਜਿਹੜਾ ਸੜ ਗਿਆ ਸੀ, ਵੀ ਜਿਹੜੀ ਚਰਬੀ ਉਹ ਬਾਰਾ ਕਾਫੀ ਮੋਟਾ ਸੀ ਭਾਰਾ ਸੀ, ਜਿਹੜਾ ਉਹ ਚੋਲਾ ਸੀ ਪਵਿੱਤਰ ਸੱਚਾ ਸੁੱਚਾ ਮਹਾਰਾਜ ਦਾ ਪਾਇਆ, ਉਹ ਚੋਲੇ ਨੂੰ ਸਾਰਾ ਬਿਲਕੁਲ ਹੀ ਸਾਰਾ ਖਤਮ ਹੋ ਗਿਆ। ਫਿਰ ਤੁਸੀਂ ਕਿਵੇਂ ਜਾਂਦੇ ਹੋ ਉਦੋਂ ਆਲੇ ਦੁਆਲੇ, ਉਦੋਂ ਤੱਕ ਤਾਂ ਰੌਲਾ ਪੈ ਜਾਂਦਾ, ਯਕਦਮ ਪੁਲਿਸ ਵਿੱਚ ਕੰਨੀ ਹੋ ਕੇ ਤੁਹਾਡੇ ਵੱਲ ਦੌੜ ਜਾਊ, ਉਹ ਕੀ ਸੀ? ਸਾਡੇ ਮਗਰ ਜਨਤਾ ਬੜੀ ਭੱਜ ਕੇ ਆਉਂਦੀ, ਉੱਧਰੋਂ ਜਿਹੜੀ ਪੁਲਿਸ ਆ ਉਹ ਵੀ ਆ ਜਾਂਦੀ ਆ, ਅਤੇ ਜਨਤਾ ਜਿਹੜੀ ਉਹ ਵਾਪਸ ਮੁੜ ਜਾਂਦੀ ਆ। ਡਿਪਟੀ ਸੁਪਰਡੈਂਟ ਨੂੰ ਇੱਕੋ ਗੱਲ ਕਹੀ, ਅਤੇ ਅਸੀਂ ਜ਼ਿੰਮੇਵਾਰੀ ਚੁੱਕਦੇ ਹਾਂ, ਅਸੀਂ ਇਹ ਕੰਮ ਕਰਕੇ ਆਏ ਹਾਂ, ਸਾਨੂੰ ਤੇਰਾ ਇੱਥੇ ਕੋਈ ਮੁਲਾਜ਼ਮ ਜਲੀਲ ਨਾ ਕਰੇ, ਬੇਸ਼ੱਕ ਉੱਥੇ ਕੋਨੇ ਦੇ ਖਿਲਾਰ ਕੇ ਗੋਲੀ ਮਾਰਦੇ, ਸਾਨੂੰ ਕੋਈ ਈਰਖ ਨਹੀਂ। 20 ਮਿੰਟਾਂ ਬਾਅਦ ਜਿਹੜਾ ਡਿਊਟੀ ਸੁਪਰਡੈਂਟ ਸਾਡੇ ਕੋਲ ਜਾਂਦਾ, ਕਹਿੰਦਾ ਵੀ ਆਪਦਾ ਨਾਂ ਪਤਾ ਲਿਖਾਓ, ਅਸੀਂ ਆਖੀਆ ਵੀ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਡਰੈਸ ਸਾਰਾ ਕੁਝ ਲਗਾਉਣੇ, ਪੂਲੇ ਦਾ ਦੱਸੋ। ਫਿਰ ਕਹਿੰਦਾ ਵੀ ਕਾਫੀ ਉਹ ਸੜਿਆ, ਜਿਹੜੀ ਚਰਬੀ ਉਹ ਚੋਈ ਜਾਂਦੀ ਆ, ਜਿਹੜਾ ਉੱਤੇ ਕੱਪੜਾ ਪਾਉਣੀ ਉਹ ਜੁੜਦਾ ਜਾਂਦਾ। ਕੁਝ ਸਮਾਂ ਪਹਿਲਾਂ ਦਹਿਸ਼ਤ ਦਾ ਦੂਜਾ ਨਾਮ ਕਹੇ ਜਾਣ ਵਾਲੇ ਨਿਹੰਗ
पूले नूं सोधा दो नौजवानों के वलों जेल दे विच उस तरीके दे नाल लाया सी जिस तरीके दे नाल कहिंदे ने कि वह आम लोगों के उत्ते तशद्दुद करदा सी। वो दो नौजवानों दे विचों एक नौजवान नवतेज सिंह गुग्गू दे नाल तुहाडी बीते दिन मुलाकात करवाई सी ते अज दूसरे सिंह भाई हरचंद सिंह जी दे नाल तुहाडी मैं गलबात करावांगा क्योंकि जिन्ना योगदान नवतेज सिंह गुग्गू हुणा दा उन्ना ही दसदे ने कि यह भी उस पूरी घटना दे विच उस पूले नूं सोधा लाउण दे विच उस कार्य दे विच शरीक सन। तां साडे नाल भाई हरचंद सिंह जी मौजूद ने। वाहिगुरू जी का खालसा वाहिगुरू जी का खालसा वाहिगुरू जी की फतेह। भाई हरचंद सिंह जी जिवें इस घटना दे बारे बहुत सारे लोगों ने इंटरव्यू सुनिया नवतेज गुग्गू होरां दीआं सुनिया तुहाडी भी सुनी है। पहला मेरा यह सवाल है उस समां जदों पूले निहंग दे इस तरीके दे चर्चे होने तुहाडे दिमाग दे विच आउणा तुसीं इस घटना नूं अंजाम देना अज्जो दिन जिस भाई बलविंदर सिंह जटाणा दे उत्ते उसदे वल्लों उसदे परिवार दे उत्ते एड्डा वड्डा तशद्दुद कीता गया सी पूले निहंग दे वल्लों उस नूं सोधा लाया महसूस की कर। देखो जी तुसीं पुछिआ आ भी पहले दिन भी किद्दां इहनूं जाणदे। देखो मेरे माता पिता मेरे सरदार रतन सिंह पिता जी तो सानू छोटे हुंदिआं नूं इहदियां गल्लां बातां दसदे रहिंदे ही जो इहदी पूले पिंड तों लै के भाई तारू सिंह पूले पिंड दा गुरद्वारा साहिब इहने सांभिआ होइआ ही ते पूले पिंड ते इहदी दहशत हैगी हैगी बहुत ज़्यादा ते लागे लागे साडे जिन्ने भी पिंड पैंदे ना माड़ी कंबोके दे लागे लागे पिंड जिन्ने भी ते टोटल इहदे इहदी बहुत ज़्यादा जिहड़ी आ दहशत हुंदी सी। असीं उदों छोटे छोटे हाँ मेरे पिता ने दसना भी एक मरीको जिहड़ी अमरकोट वाली जिन्हों जाने के जखीरे जिहड़े दित्ते आ हथियारां दे मरीको अमरकोट वाली नूं क्योंकि ये पूले ने सारा कुछ किया हुंदा सी ते छोटे हुंदिआं नूं सानूं इहदा सारियां करतूतां जिहड़ा वह साडे पिता जी ने मैनूं दस्सिया ही। हाँ जी हरचंद सिंह जी जेल दे विच तुहाडे माइंड दे विच बचपन च सीगा गुग्गू होणा दे नाल तुहाडा एक गलबात हो जाती है तुसीं एक प्लैन बना लैंदे हो किवें प्लैन सब तो पहला तुसीं डिस्कस किया सी जां नवतेज गुग्गू होरां ने किया सी जां किवें इकट्ठे दोनों ने वह ब्यौतबंदी की। देखो जी 2007 च मैं अंदर हुंना ते 2007 च ही गुग्गू आ जांदा सानूं एक रहिंदिआं नूं साल साल हो गया इकट्ठे असीं दोवें रहिंदे हां मैं ते गुग्गू एक ना मुंडा जोता जोता तो उहदे नाल मैं गल कीती उदों गग्गू भी अंदर ही तो जोता भी नाल सारे असीं इकट्ठे ही हाँ मुंडा जोता तो उहदे नाल मैं गल कीती मैं कहा जिहड़ा पूला निहंग आ बहुत ज़्यादा खतरनाक बंदा भी जिहड़े पूले पिंड दे विच चाहे वह बाबा बकाला चाहे वह सारे थावां ते बहुत ज़्यादा इहदी दहशत आ ते मैं इहनूं जोते वीर पहले दिन तो ही सुनदा आउण डिआ खैर जोता दा भी कोई नहीं ते उस टाइम ते पूला जिहड़ा उह रिमांड ते चल रिहा सी जदों मैं जोते नाल इह सलाह कीती ते पूला उह रिमांड ते चल रिहा सी ते मैं पूले ने जदों अंदर आ गया ते आ गलबात आपां करनी है कहिंदा कोई गल नहीं वीर तेरे नाल आ ही जोता ते उस टाइम ते कहिंदा नाल आ ते जोते ने लवाईआं आपदीआं जबान तां उत्ते छोटे के सी जदों जोते मुंडे दी जबान तां गई उह बाहर चल गया जदों वेखो जदों बाहर वो नहीं रुकिया भी उन्होंने मैं कहा मैं जोते आह गलबात अपनी हुई तो कहिंदा हुण जबान तां आ गई मेरी आ मजबूरी तो जोता मुंडा ही बिल्कुल चढ़दी कला वाला गुरसिख वीर ही वधिया ही उस तो बाद फिर मेरी गग्गू अहीं सारे इकट्ठे हुंदे हाँ गग्गू नूं मैं दस्सिया मैं कहा पूला जिहड़ा निहंग आ ना गग्गू पहलों तो साडे पूले पिंड उदों मैं हौला जिहा ना जदों इहने दहशत पा छड्डी 2001-2 दे विच क्योंकि बहुत दहशत होंगी तो ये बारे मैं निक्का हुंदा ही सुनदा आउण डिआ हुण ढाडे इधर आ गया ए पूले पिंड तो इधर आ गया बाबे बकाले बाबे बकाले तो करतारपुर करतारपुर तो लैके होर भी ये कोल गुरद्वारे काफ़ी ही चंडीगढ़ तक गुरद्वारा साहब ही ये कोल क्योंकि इधर यदी बाबे बकाले पूरी दहशत हुंदी सी जितना हाडे उधर 2001-2 दे विच पिंड उधर सहमी हुंदे सी पूले निहंग तों ते फिर इधर बाबा बकाला आया छटियाला आया बताला आया ये सारे पिंड इधरों बाबे बकाले चों पूले दे नां ले सहमे हुंदे सी जदों ये लंघदा हुंदा सी पूरी दहशत हुंदी सी
ਜਿਸ ਤਰ੍ਹਾਂ ਇਹਦੀ ਗੱਡੀ 'ਤੇ LLMG ਫਿੱਟ ਹੋਣੀ, ਨਿਹੰਗ ਸਿੰਘ ਨਾਲ ਹੋਣੇ, ਅਸਲਾ ਵਾਧੂ ਨਾਲ ਹੋਣਾ, ਗਨਮੈਨ ਹੋਣੇ, ਪੂਰੀ ਦਹਿਸ਼ਤ ਹੁੰਦੀ ਸੀ। ਨਤੇ ਗੁੱਗੂ ਹੋਰਾਂ ਦੀ ਗੱਲ ਕਰ ਰਿਹਾ ਸੀਗਾ, ਫਿਰ ਪਲੈਨ ਉਹਨਾਂ ਨਾਲ ਡਿਸਕਸ ਕੀਤਾ ਸਾਰਾ, ਫਿਰ ਕੀ ਰਿਸਪੋਂਸ? ਮੈਂ ਫਿਰ ਜਦੋਂ ਉਹਨਾਂ ਨਾਲ ਗੱਲ ਕੀਤੀ ਆ ਤਾਂ ਉਹਨਾਂ ਨੇ ਮੇਰੀ ਹਾਂ ਝਾਂ ਮਿਲਾਤੀ, ਕਹਿੰਦੇ ਵੀ ਹਰਚੰਦ ਸਿੰਘ ਕੋਈ ਗੱਲ ਨਹੀਂ, ਬਹੁਤ ਵਧੀਆ, ਚਲੋ ਇਹ ਤਾਂ ਬਹੁਤ ਜ਼ਿਆਦਾ ਨਿਹੰਗ ਹੈ ਜਿਹੜਾ ਬਹੁਤ ਜ਼ਿਆਦਾ ਦੁਸ਼ਟ ਆ। ਉਸ ਟਾਈਮ 'ਤੇ ਰਿਮਾਂਡ 'ਤੇ ਚੱਲ ਰਿਹਾ ਸੀ ਅਤੇ ਕੁਦਰਤੀ ਸਾਡੇ ਉਹ ਬੁੱਕ ਹੱਥ ਲੱਗ ਜਾਂਦੀ ਆ, ਉਹਦੇ ਵਿੱਚ ਵੀ ਕਾਰਨਾਮੇ ਪੂਲੇ ਦੇ ਲਿਖੇ ਹੁੰਦੇ ਆ, ਪੂਲੇ ਦੇ ਇਹ ਕਾਰਨਾਮੇ ਲਿਖੇ ਹੁੰਦੇ ਆ, ਜਿਸ ਤਰ੍ਹਾਂ ਜੋਗੇ ਖਾਨਪੁਰੀਏ ਦਾ ਪਰਿਵਾਰ ਲਾ ਲਓ, ਸਾਰਾ ਇਹਨੇ ਸ਼ਹੀਦ ਕੀਤਾ ਗੋਲੀਆਂ ਮਾਰ ਕੇ, ਚਾਹੇ ਬਲਵਿੰਦਰ ਸਿੰਘ ਜਟਾਣੀ ਦਾ ਪਰਿਵਾਰ ਲਾ ਲਓ, ਗੋਲੀਆਂ ਮਾਰ ਕੇ ਸ਼ਹੀਦ ਕੀਤਾ ਅਤੇ ਉਸ ਤੋਂ ਬਾਅਦ ਅੱਗ ਲਾ ਤੀ, ਇੱਦਾਂ ਹੀ ਬਲਵਿੰਦਰ ਸਿੰਘ ਜਟਾਣੀ ਦੇ ਪਰਿਵਾਰ ਨਾਲ ਕੀਤਾ ਅਤੇ ਇੱਦਾਂ ਹੀ ਜੋਗੇ ਖਾਨਪੁਰੀਏ ਦੇ ਪਰਿਵਾਰ ਨਾਲ ਕੀਤਾ, ਜਿਸ ਤਰ੍ਹਾਂ ਜੋਗੇ ਖਾਨਪੁਰੀਏ ਦਾ ਪਰਿਵਾਰ ਮਾਰਦਾ, ਗੋਲੀਆਂ ਮਾਰ ਕੇ ਸ਼ਹੀਦ ਕਰ ਦਿੰਦਾ, ਫਿਰ ਘਰ ਨੂੰ ਅੱਗ ਲਾ ਦਿੰਦਾ, ਇੱਦਾਂ ਹੀ ਬਲਵਿੰਦਰ ਜਟਾਣੀ ਦੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਅਤੇ ਅੱਗ ਲਾ ਦਿੰਦਾ ਉਹਨਾਂ ਨੂੰ। ਫਿਰ ਗੱਗੂ ਉੱਦਾਂ ਹੀ ਕਿਤਾਬ 'ਤੇ ਇਹਦੇ ਖਿਲਾਫ ਲਿਖੀ ਸੀ ਪੂਲੇ ਦੇ ਕਿਤਾਬ, ਉਹ ਜਦੋਂ ਅਸੀਂ ਵੀ ਦੇਖੀ ਆ ਅਤੇ ਸਾਰਾ ਕੁਛ, ਅਤੇ ਇੱਕ ਨਾ ਇੱਕ ਜਿਹੜੀ ਆ, ਚਾਹੇ ਉਹ ਬਲਵਿੰਦਰ ਜਟਾਣਾ ਦਾ ਪਰਿਵਾਰ ਲਾ ਲਓ, ਅਤੇ ਉਹ ਛੋਟੇ ਛੋਟੇ ਜਿਹੜੇ ਬੱਚੇ ਆ, ਇੱਕ ਮੇਰੇ ਖਿਆਲ ਛੋਟਾ ਉਹ ਲੱਤਾਂ ਤੋਂ ਆ ਰਹੀ ਹੈਂਡੀਕੈਪ ਛੋਟਾ ਬੱਚਾ, ਇੱਕ ਭੈਣ ਜੀ ਛੋਟੀ, ਇੱਕ ਮੇਰੇ ਖਿਆਲ ਦਾਦੀ ਜੀ ਸੀ ਕਾਫੀ ਵੱਡੇ ਉਮਰ ਦੇ, ਚਾਰ ਜੀ ਬਲਵਿੰਦਰ ਸਿੰਘ ਜਟਾਣਾ ਦੇ। ਹੋ ਸਕਦਾ ਅਸੀਂ ਵੀ ਉਹਨਾਂ ਦੇ ਪਰਿਵਾਰ 'ਚੋਂ ਹੀ ਹਾਂ, ਜੇ ਮਾਲਕ ਨੇ ਸਾਡੇ ਤੋਂ ਸੇਵਾ ਲਈ ਨਾ ਤਾਂ ਉਹੋ ਹੀ ਅਸੀਂ ਰੂਹਾਂ ਏ, ਇਹ ਮਾਲਕ ਹੀ ਜਾਣਦਾ ਹੈ ਨਾ। ਅਤੇ ਬੜਾ ਦੁੱਖ ਲੱਗਾ ਜਦੋਂ ਉਹਨਾਂ ਦੇ ਅਸੀਂ, ਚਾਹੇ ਬਲਵਿੰਦਰ ਸਿੰਘ ਜਟਾਣਾ ਹੋਇਆ, ਚਾਹੇ ਜੋਗਾ ਖਾਨਪੁਰੀਆ ਹੋਇਆ, ਪਰਿਵਾਰ ਛੋਟੇ ਛੋਟੇ ਇੱਕ ਸਾਲ ਸਾਲ ਦੇ ਬੱਚੇ ਮਾਰੇ ਆ, ਸਿਰ 'ਚ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਆ, ਜਦੋਂ ਭਾਅ ਜੀ ਉਹਨਾਂ ਦੀਆਂ ਅਸੀਂ ਫੋਟੋਆਂ ਵੇਹਣੇ ਹਨ ਅਤੇ ਉਹ ਬੁੱਕ ਖੋਲ੍ਹ ਕੇ ਵੇਖਣੀ ਅਤੇ ਸਾਡੇ ਲੂਈ ਕੰਢੇ ਖੜ੍ਹੇ ਹੋ ਜਾਂਦੇ ਹੈਡੋਮੈਟਿਕ, ਵੀ ਪੂਲੇ ਨੂੰ ਵਿੱਚੋਂ ਫੜ ਕੇ ਅਤੇ ਪਾੜ ਹੀ ਦਈਏ ਵੀ ਆਹ ਕੀਤਾ ਕੀ ਹੈ ਇਹਨੇ। ਇੱਕ ਵੇਖੋ ਛੋਟੇ ਬੱਚੇ ਦਾ ਤਾਂ ਕੋਈ ਕਸੂਰ ਨਹੀਂ, ਹਾਲੀ ਉਹ ਆਇਆ ਨਾ, ਉਹਨੇ ਕੋਈ ਗਲਤੀ ਕੀਤੀ ਆ ਨਾ, ਉਹਨੂੰ ਦੁਨੀਆਦਾਰੀ ਦਾ ਪਤਾ, ਅਤੇ ਜਦੋਂ ਉਹਨਾਂ ਮਾਸੂਮ ਬੱਚਿਆਂ ਨੂੰ ਮਾਰ ਦਈਏ ਤਾਂ ਫਿਰ ਦੁੱਖ ਬੜਾ ਲੱਗਦਾ। ਫਿਰ ਇਹ ਸਾਰੀ ਅਸੀਂ ਪਲੈਨ ਬਣਾਈ ਆ ਦੋ ਵੀਰਾਂ ਨੇ, ਮੈਂ ਇਹ ਨਹੀਂ ਆਉਂਦਾ ਵੀ ਮੇਰਾ ਸੰਯੋਗ ਜ਼ਿਆਦਾ ਅਤੇ ਨਵਤੇਜ ਦਾ ਘੱਟ ਆ, ਉਨਾ ਹੀ ਨਵਤੇਜ ਦਾ ਅਤੇ ਉਨਾ ਹੀ ਦਾਸ ਦਾ ਰੋਲ, ਬਰਾਬਰ ਦਾ ਸਾਡਾ ਰੋਲ ਆ। ਵੇਖੋ ਮਾੜਾ ਬੰਦਾ ਹੁੰਦਾ, ਚਾਹੇ ਮੈਂ ਮਾੜਾ ਹੁੰਦਾ, ਚਾਹੇ ਨਵਤੇਜ ਮਾੜਾ ਹੁੰਦਾ, ਅਤੇ ਜੇਲ੍ਹ ਦੇ ਵਿੱਚ ਕੰਧਾਂ ਨੂੰ ਕੰਮ ਮਿੰਟ 'ਚ ਪਤਾ ਲੱਗ ਜਾਂਦਾ। ਚਲੋ ਅੱਜ ਕੱਲ੍ਹ ਨਵਤੇਜ ਕਹਿਣ ਡਿਆ ਵੀ ਮੈਂ ਹਰਚੰਦ ਸਿੰਘ ਦਾ ਵੀ ਜਾਣੀ ਕਿ ਉਹ ਜੇ ਫਲਾਣ, ਉਹ ਮੈਨੂੰ ਨਹੀਂ ਗੱਲਾਂ ਆਉਂਦੀਆਂ, ਜੋ ਸੱਚਾਈ ਮੈਂ ਤਾਂ ਉਹ ਦੱਸਣੀ ਆ। ਦੇਖੋ ਜੇ ਹਰਚੰਦ ਉੱਥੇ ਮਾੜਾ ਹੁੰਦਾ ਤਾਂ ਜੇਲ੍ਹ ਦੇ ਵਿੱਚ ਕਿਸੇ ਨੂੰ ਵੀ ਦੱਸ ਸਕਦਾ ਅਤੇ ਕੰਮ ਹੋ ਹੀ ਨਹੀਂ ਸਕਦਾ। ਵੇਖੋ ਇਹ ਤਾਂ ਇੱਕ ਮਜ਼ਬੂਤ, ਤੁਹਾਡੇ ਉਸ ਰਿਲੇਸ਼ਨ ਦੇ ਉੱਤੇ ਵੀ ਆਊਂਗਾ, ਮੈਂ ਥੋੜ੍ਹਾ ਜਿਹਾ ਜੇਲ੍ਹ ਦੇ ਅੰਦਰ ਦਾ ਸੁਣਨਾ ਚਾਹੁੰਦਾ। ਤੁਹਾਡਾ ਪਲੈਨ ਵੀ ਬਣ ਗਿਆ, ਕਿਵੇਂ ਪੂਲੇ ਨੂੰ ਕਿਵੇਂ ਫਿਰ ਉਹਦੀ ਰੇਕੀ ਕੀਤੀ, ਕਿਵੇਂ ਪਤਾ ਲੱਗਦਾ ਸੀ ਇਸ ਬੈਰਕ ਦੇ ਵਿੱਚ ਇੰਨੇ ਵਜੇ ਖੁੱਲ੍ਹਦਾ, ਇੰਨੇ ਵਜੇ ਮੰਦੀ ਹੁੰਦਾ, ਕਿਵੇਂ ਉਹ ਸਾਰਾ? ਇਹ ਪੂਲੇ ਦੀ ਮੈਂ ਤੁਹਾਨੂੰ ਦੱਸਦਾ ਵੀ ਰਿਮਾਂਡ 'ਤੇ, ਅਤੇ ਰਿਮਾਂਡ ਤੋਂ ਬਾਅਦ ਇੰਨੇ ਆਉਣਾ ਸੀ ਜ਼ਿਲ੍ਹੇ, ਜਿੱਦਣ ਜ਼ਿਲ੍ਹੇ ਆਉਣਾ ਸੀ ਅਤੇ ਉੱਦਣ ਅਸੀਂ ਦੋ ਚਾਰ ਮੁੰਡੇ ਨਾਲ ਤਿਆਰ ਕੀਤੇ ਆ, ਇੱਕ ਕਿਰਚਾਂ ਬਣਾਈਆਂ, ਕਿਰਚਾਂ ਉਹ ਬਣਾਈਆਂ ਜਿਹੜੀਆਂ ਕੜਛੀਆਂ ਕੁੜਛੀਆਂ ਚੌਂਚੇ ਚੁੰਚੇ ਤੋੜ ਕੇ ਵੀ ਨਵੇਂ ਮਲਾਜੇ ਦੇ ਵਿੱਚ ਇਹਦੇ ਜਾ ਕੇ ਅਸੀਂ ਗਲ ਪੈਣਾ, ਗਲ ਪੈਣਾ। ਅਤੇ ਉਸ ਟਾਈਮ 'ਤੇ ਪੂਲੇ ਨੂੰ ਜਦੋਂ ਅੰਦਰ ਐਂਟਰੀ ਕੀਤਾ ਜੇਲ੍ਹ ਦੇ ਵਿੱਚ, ਅਤੇ ਪੂਲੇ ਨੂੰ ਸਿੱਧਾ ਉੱਥੇ ਨਾ C1 C2 ਜੇਲ੍ਹ ਆ, ਸਕਿਉਰਿਟੀ ਅਤੇ ਸੈਂਟਰ, ਗਮਟਾਲਾ ਜੇਲ੍ਹ ਅੰਮ੍ਰਿਤਸਰ ਪੁਰਾਣੀ ਜੇਲ੍ਹ, ਉੱਥੇ ਸਕਿਉਰਿਟੀ ਅਤੇ ਸੈਂਟਰ, ਸੈਂਟਰ ਅਸੀਂ ਤਾਂ ਇਹਨੂੰ ਸਿੱਧਾ ਨਾ 9 ਹਫ਼ਤੇ ਦੇ ਵਿੱਚ ਸਕਿਉਰਿਟੀ ਭੇਜਤਾ। ਜਦੋਂ ਇਹਨੂੰ ਸਕਿਉਰਿਟੀ ਭੇਜਤਾ 9 ਹਫ਼ਤੇ ਦੇ ਵਿੱਚ, ਅਤੇ ਫਿਰ ਅਸੀਂ ਉਹ ਪਲੈਨ ਜਿਹੜਾ ਉਹ ਕੈਂਸਲ ਕਰਤਾ। ਜਿਸ ਤਰ੍ਹਾਂ ਆਮ ਬੰਦੇ ਆ ਜਾਂਦੇ ਉਹ ਸਿੱਧੇ ਮਲਾਜੇ 'ਚ ਆ ਜਾਂਦੇ, ਜਿੰਨੇ ਗੱਲ ਪੈਣਾ ਵਿਰੋਧੀ ਹੁੰਦੇ ਉਹ ਜਾ ਕੇ ਵੀ ਆਪਦਾ ਕਲੀਅਰ ਕਰ ਲੈਂਦੇ, ਉਹ ਅਸੀਂ ਹਿਸਾਬ ਲਾਇਆ ਵੀ ਇਹਨੇ ਨਵੇਂ ਮਲਾਜੇ 'ਚ ਆਉਣਾ, ਇਹਦੇ ਜਾ ਕੇ ਤਾਂ ਉਹ ਗੱਲ ਪੈਣਾ। ਉਹ ਜਿਹੜਾ ਪਲੈਨ ਅਸੀਂ ਬਣਾਇਆ ਉਹ ਕੈਂਸਲ ਹੋ ਗਿਆ, ਵੀ ਇਹਨੂੰ ਸਿੱਧਾ ਹੀ ਸੁਰੱਖਿਆ ਇਹ ਦੇ ਦਿੱਤੀ ਵੀ ਸਕਿਉਰਿਟੀ 9 ਹਫ਼ਤੇ 'ਚ ਭੇਜਤਾ। ਉਸ ਤੋਂ ਬਾਅਦ ਫਿਰ ਇਹਦੀ ਰੈਕੀ ਮੈਂ ਕਰਨ ਜਾਂਦਾ ਰਿਹਾ, 2-3 ਵਾਰਾਂ ਗਿਆ ਵੀ ਕਿੱਥੇ ਇਹ ਬਹਿੰਦਾ ਕੀ ਕਰਦਾ। ਫਿਰ ਸਾਡਾ ਪਲੈਨ ਬਣ ਜਾਂਦਾ 222 ਨੰਬਰ ਜਿਹੜਾ ਦਾਤਰੇ ਉਹ ਬਾਹਰੋਂ ਮੰਗਾਇਆ, ਵੀ ਜਿਹੜੇ ਇਹਦੇ ਗੋਟਿਆ ਦੋਵੇਂ ਜਿਹੜੇ ਹੱਥਾਂ ਨਾਲ ਮਾੜੇ ਕੰਮ ਕਰਦਾ ਜਾਂ ਕਰਵਾਉਂਦਾ, ਅਤੇ ਅਸੀਂ ਜਿਹੜੇ ਇਹਦੇ ਗੋਟਿਆ ਉਹ ਦੋਵੇਂ ਲਾ ਲਿਆਈਏ। ਫਿਰ ਅਸੀਂ 222 ਨੰਬਰ ਬਾਹਰੋਂ ਦਾਤਰ ਮੰਗਾਇਆ, ਉਹ ਮੈਂ ਮੁੰਡੇ ਦਾ ਅੱਜ ਵੀ ਨਾਂ ਲੈਣਾ ਚਾਹਾਂਗਾ, ਹਰਪ੍ਰੀਤ ਸਿੰਘ ਮੁੰਡਾ ਸੀ, ਉਹਨੇ ਸਾਨੂੰ ਬਾਹਰੋਂ ਦਾਤਰ ਪਹੁੰਚਾਇਆ। ਫਿਰ ਜਿਹੜੇ 4 ਮੁੰਡੇ ਹੋਰ ਨਾਲ ਤਿਆਰ ਕੀਤੇ ਸੀ ਉਹਨਾਂ ਦਾ ਮੈਂ ਨਾਂ ਨਹੀਂ ਲਵਾਂਗਾ, ਉਹ ਮੁੰਡੇ ਨਾ ਕਰ ਗਏ।
ਕਹਿੰਦੇ ਵੀ ਅਸੀਂ ਨਹੀਂ ਜਾਣਾ ਅੱਗੇ, ਸਾਡੇ ਤਾਂ ਘਰ ਉੱਜੜੇ ਪਏ ਅਤੇ ਪੂਲੇ ਨੇ ਛੱਡਣੇ ਕੱਖ ਨਹੀਂ, ਫਿਰ ਉਹ ਮੁੰਡੇ ਨਾ ਕਰ ਗਏ। ਤਾਂ ਅਸੀਂ ਯਾਰ ਹੁਣੇ ਤੁਸੀਂ ਸਾਡੇ ਨਾਲ ਹਾਂ ਝਾਂ ਮਿਲਾਈ, ਤੁਸੀਂ ਨਾ ਕਰ ਗਏ। ਕਹਿੰਦਾ ਯਾਰ ਅਸੀਂ ਮੁਲਾਕਾਤਾਂ ਮੰਗਾਉਣੀ, ਸਾਡੀ ਸੂਈ ਨਹੀਂ ਲੰਘਦੀ ਅਤੇ ਤੁਸੀਂ ਐਡਾ ਵੱਡਾ ਦਾਤਰ ਮੰਗਾ ਲਿਆ ਅਤੇ ਅਸੀਂ ਹੜ ਤੋਂ ਨਹੀਂ ਜਾਇਆ ਜਾਣਾ। ਉਹ ਫਿਰ ਮੈਂ ਜਿਹੜਾ ਦਾਤਰ ਪੈਕ ਕੀਤਾ, ਪੈਕ ਕਰਕੇ ਦੇਖੋ ਇਹ ਮੁਲਾਕਾਤਾਂ ਦੇ ਵਿੱਚੋਂ ਮੈਂ ਗੱਗੂ ਅਤੇ ਉਹ ਚਾਰੇ ਮੁੰਡੇ ਜਾ ਕੇ ਅਸੀਂ ਦਾਤਰ ਜਿਹੜਾ ਉਹ ਫੜ ਕੇ ਲਿਆਏ ਹਾਂ, ਕਿਉਂਕਿ ਉਹ ਮੁੰਡੇ ਬਾਹਰ ਖਲੋਤੇ ਅਤੇ ਮੈਂ ਅਤੇ ਗੱਗੂ ਮੁਲਾਕਾਤ ਕਰਨ ਲਈ ਸ਼ੇਰੂ ਮੁੰਡਾ ਜਿਹੜਾ ਆਇਆ ਉੱਥੇ ਗਏ ਹਾਂ। ਅਸੀਂ ਜਾ ਕੇ ਅਤੇ ਅਸੀਂ ਜਿਹੜਾ ਦਾਤਰ ਆ ਉਹ ਅੰਦਰ ਜੰਗਲੇ ਵੀਦੀ ਫੜ ਲਿਆ, ਜੰਗਲੇ ਵੀਦੀ ਫੜ ਕੇ ਅਤੇ ਇੱਥੇ ਮੇਰੇ ਅੜਾਤਾ ਜੋਤੇ ਮੁੰਡੇ ਦੀ ਮੈਂ ਤਾਂ ਗੱਲ ਕਰਦਾ। ਇੱਕ ਸ੍ਰੀ ਸਾਹਿਬ ਹੁੰਦਾ ਅਤੇ ਉਹਦੇ ਨਾਲ ਕਾਲੇ ਰੰਗ ਦਾ ਇੱਕ ਪਟਾ ਹੁੰਦਾ, ਉਹ ਪਟਾ ਅਸੀਂ ਉੱਧਰੋਂ ਉੱਧਰੋਂ ਵੱਢ ਕੇ ਅਤੇ ਇੱਥੇ ਬਿਲਟ ਬਣਾ ਤੀ ਅਤੇ ਜਦੋਂ ਵੀ ਆਪਣੀ ਤਲਾਸ਼ੀ ਕਰਦੇ ਆ ਇੱਥੋਂ ਨਹੀਂ ਕਰਦੇ ਵੀ ਇੱਦਾਂ ਕਰਦੇ ਆ ਵੀ ਐਮਰਜੈਂਸੀ ਜੇ ਇੰਨੀ ਚੈਕਿੰਗ ਹੋਣ ਦੀ ਕਰਨਗੇ ਵੀ ਤਾਂ ਇੱਥੇ ਪਤਾ ਨਹੀਂ ਲੱਗਣਾ। ਉਹ ਮੇਰੇ ਦਾਤਰ ਜਿਹੜਾ ਸ਼ੇਰੂ ਤੋਂ ਫੜ ਕੇ ਮੈਂ ਇੱਥੇ ਅੜਾ ਲਿਆ ਅਤੇ ਮੈਂ ਮੁਲਾਕਾਤਾਂ 'ਚੋਂ ਬਾਹਰ ਨਿਕਲ ਆਇਆ ਅਤੇ ਮੈਂ ਸਿੱਧਾ ਆਪਦੇ ਕਮਰੇ 'ਚ ਚੱਲ ਗਿਆ। ਜਦੋਂ ਮੈਂ ਕਮਰੇ ਗਿਆ ਦਾਤਰ ਵਿਖਾਇਆ ਉਹ ਚਾਰੇ ਮੁੰਡੇ ਜਿਹੜੇ ਉਹ ਨਾ ਕਰ ਗਏ ਆ। ਫਿਰ ਉਹ ਮੈਂ ਦਾਤਰ ਪੈਕ ਕੀਤਾ ਵੀ ਚੱਲ ਤੁਸੀਂ ਨਾ ਕਰ ਗਏ, ਅਸੀਂ ਵੀ ਨਹੀਂ ਇਹ ਕੰਮ ਕਰਨਾ ਅਤੇ ਤੁਸੀਂ ਆਪਦੇ ਘਰ ਇੱਥੇ ਰਾਜੀ ਖੁਸ਼ ਰਹੋ ਅਤੇ ਅਸੀਂ ਆਪ ਕਿਸੇ ਨਾਲ ਗੱਲ ਨਹੀਂ ਕਰਨੀ, ਸੱਤਵੇਂ ਬੰਦੇ ਨਾਲ ਛੇ ਜਣੇ ਆਪਾਂ ਹੈਗੇ ਹਾਂ, ਜੇ ਤੁਹਾਡੇ ਵੱਲੋਂ ਕੈਂਸਲ ਆ ਕੰਮ ਤਾਂ ਸਾਡੇ ਵੱਲੋਂ ਵੀ ਆ। ਉਹ ਜਿਹੜਾ ਦਾਤਰ ਆ ਵੀ ਉਹ ਅਸੀਂ ਪੈਕ ਕਰਕੇ ਜਿਹੜਾ ਮੈਂ ਤੋਂ ਤਾਂ ਟੈਂਕੀ ਪਾਣੀ ਵਾਲੀ ਉਹ 'ਚ ਰੱਖ ਆਇਆ ਅਤੇ ਉਸ ਤੋਂ ਬਾਅਦ ਆ ਫਿਰ ਅਸੀਂ ਦੋਵੇਂ ਸੋਚਿਆ ਵੀ ਕਿਵੇਂ ਇਹ ਕੰਮ ਹੋ ਸਕਦਾ, ਕਿਉਂਕਿ ਦਾਤਰ ਗੁੱਟ ਲਿਆਉਣੇ ਆਪਣੇ ਦੋਵਾਂ ਦੀ ਬਾਤ ਦੀ ਗੱਲ ਨਹੀਂ ਗੀ, ਆਪਾਂ ਦੋਵੇਂ ਨਹੀਂ ਲਿਆ ਸਕਦੇ ਲਾ ਕੇ। ਅਤੇ ਉਸ ਤੋਂ ਬਾਅਦ ਅਸੀਂ ਪਲੈਨ ਇਹੋ ਬਣਾਇਆ ਵੀ ਤੇਲ ਕੱਢੀਏ ਜਨੈਟਰ 'ਚੋਂ, ਇਹਦੇ ਉੱਤੇ ਪਾਈਏ ਅਤੇ ਅੱਗ ਲਾ ਦਈਏ। ਫਿਰ ਜਨੈਟਰ ਦੇ ਵਿੱਚੋਂ ਸ਼ਾਮ ਟਾਈਮ 'ਤੇ ਮੈਂ ਤੇਲ ਕੱਢਣ ਗਿਆ ਗੁਰਦੁਆਰਾ ਸਾਹਿਬ, ਸੈਂਟਰ ਗੁਰਦੁਆਰਾ ਸਾਹਿਬ ਜਨੈਟਰ ਖਲੋਤਾ ਸੀ। ਸ਼ਾਮ ਟਾਈਮ 'ਤੇ ਮੈਂ ਤੇਲ ਕੱਢਣ ਗਿਆ, ਜਦੋਂ ਮੈਂ ਤੇਲ ਕੱਢਣ ਗਿਆ ਅਤੇ ਉਹਨਾਂ ਘਰਾਂ ਦੇ ਵਿੱਚ ਆਪਾਂ ਜਨੈਟਰ ਲਾਏ ਹੁੰਦੇ ਆਮ ਹੀ, ਉਹ ਪੈਪ ਲਾਈ ਹੁੰਦੀ ਆ ਟੈਂਕੀ ਤੋਂ ਪੰਪ ਨੂੰ, ਉਹ ਸੌਖਾ ਹੋ ਜਾਂਦਾ ਵੀ ਚੱਲ ਪੈਪ ਪੁੱਟੋ ਅਤੇ ਤੇਲ ਕੱਢ ਲਓ, ਉਹਦੇ ਨਿਊਜ਼ਲਾਂ ਕੱਸੀਆਂ ਦੋ ਪਾਸੀ ਨਟ। ਫਿਰ ਮੈਂ ਕਿਹਾ ਦਿਲ ਨਾਲ ਸੋਚਿਆ ਗਿਆ ਅਤੇ ਮੈਂ ਇਕੱਲਾ ਹਾਂ, ਦਿਲ ਨਾਲ ਸੋਚਿਆ ਵੀ ਨਹੀਂ ਇਹ ਤੇਲ ਨਹੀਂ ਨਿਕਲ ਸਕਦਾ। ਅਤੇ ਦੂਜੀ ਗੱਲ ਉੱਤੋਂ ਮੈਂ ਢੱਕਣ ਖੋਲ੍ਹ ਕੇ ਵੇਖਿਆ ਅਤੇ ਤੇਲ ਨਾਲ ਟੈਂਕੀ ਜਿਹੜੀ ਉਹ ਭਰੀ, ਇਹਨਾਂ ਮਾਲਕ ਦੀ ਕਿਰਪਾ ਨਾਲ ਵੀ ਜਿਹੜਾ ਉਹ ਟੈਂਕੀ ਨੂੰ ਲੋਕ ਨਹੀਂ ਹੈਗਾ, ਉਹ ਉੱਦਾਂ ਹੀ ਨਟਾਂ ਐਂ ਕਰਕੇ ਉਹ ਜੋ ਖੁੱਲ੍ਹੀ। ਅਤੇ ਫਿਰ ਮੈਂ ਤੇਲ ਵੇਖਿਆ, ਮੈਂ ਉੱਥੋਂ ਵਾਪਸੀ ਮੁੜ ਆਇਆ, ਵਾਪਸੀ ਮੁੜਿਆ ਅਤੇ ਗੱਗੂ ਕਹਿੰਦਾ ਵੀ ਲੈਂਦਾ ਤੇਲ, ਹਾਲਾਂਕਿ ਇਹ ਜਿਹੜਾ ਵੀਰ ਆ ਵੀ ਮੈਂ ਹੀ ਸਾਰੇ ਕੰਮ ਕਾਰ ਕਰਦਾ ਹਾਂ, ਜਿਸ ਤਰ੍ਹਾਂ ਉਹਦੀ ਰੈਕੀ ਕਰਨੀ ਆ ਚਾਹੇ ਤੇਲ ਲਿਆਉਣਾ ਏ, ਮਾਲਕ ਨੂੰ ਜਾਣਦੇ ਨਹੀਂ ਬਿਲਕੁਲ ਸੱਚ ਬੋਲਦਾ ਅਤੇ ਬੋਲਦਾ ਹੀ ਰਹਾਂਗਾ ਅੱਜ ਤਾਂ। ਉੱਥੋਂ ਜਦੋਂ ਮੈਂ ਵਾਪਸੀ ਮੁੜ ਆਇਆ ਤਾਂ ਗੱਗੂ ਕਹਿੰਦਾ ਲੈਂਦਾ, ਮੈਂ ਨਹੀਂ ਯਾਰ ਨਾ ਤੇਲ ਨਹੀਂ ਨਿਕਲਣਾ। ਕਹਿੰਦਾ ਕਿਉਂ? ਮੈਂ ਕਿਹਾ ਯਾਰ ਆਪਾਂ ਨੂੰ ਨਾ ਪੈਪ ਚਾਹੀਦੀ ਛੋਟੀ ਫੁੱਟ 2 ਫੁੱਟ ਛੋਟੀ ਜੀ, ਉਹਦੇ ਨਾਲ ਸੂਟਾ ਮਾਰ ਕੇ ਆਪਾਂ ਕੱਢ ਸਕਦੇ ਹਾਂ। ਅਤੇ ਕੁਦਰਤੀ ਨਾਲ ਸਾਡੇ ਮਹੀਨਾ ਕੁ ਪਹਿਲੋਂ ਸਾਰੀਆਂ ਟੋਟਲ ਜਿਹੜੇ ਹਾਤਿਆਂ ਦੀਆਂ ਚੱਕੀਆਂ ਜਿਹੜੇ ਕਮਰੇ ਆ ਉਹ ਰਿਪੇਅ ਹੋਏ ਸੀ, ਉਹਨਾਂ ਸੰਖ ਦੇ ਨਾਲ ਆਪਾਂ ਨੂੰ ਛੋਟੀ ਜਿਹੀ ਪੈਪ ਲੱਗੀ ਹੁੰਦੀ ਆ, ਉਹ ਕੁਦਰਤੀ ਮੇਰਾ ਧਿਆਨ ਉੱਧਰ ਪਿਆ ਅਤੇ ਮੈਂ ਉਹ ਪੈਪ ਵੱਢ ਲਈ ਦੋ ਪਾਸਿਓਂ ਕਰ ਦੇਣਾ, ਵੱਢ ਕੇ ਅਤੇ ਮੈਂ ਕਿਹਾ ਯਾਰ ਤੇਲ ਨਿਕਲ ਜੂਗਾ। ਕਹਿੰਦਾ ਚਲੋ ਠੀਕ ਆ। ਸ਼ਾਮ ਟਾਈਮ 'ਤੇ ਮੈਂ ਉਹ ਪੈਪ ਵੱਢ ਕੇ ਰੱਖ ਲਈ ਅਤੇ ਮੈਂ ਸਵੇਰ ਟਾਈਮ 'ਤੇ ਗਿਆ 8 ਵਜੇ। 8 ਵਜੇ ਜਦੋਂ ਗਿਆ ਗੁਰਦੁਆਰਾ ਸਾਹਿਬ, ਇੱਕੋ ਅਰਦਾਸ ਬੇਨਤੀ ਕੀਤੀ ਆ ਵੀ ਮਾਲਕਾ ਤੇਰੇ ਘਰੋਂ ਇਹ ਕਰਨ ਲੱਗਾ ਕੰਮ ਅਤੇ ਕਰਨ ਚੰਗੇ ਕੰਮ ਨੂੰ ਲੱਗਾ ਅਤੇ ਮਹਾਰਾਜ ਇੱਜ਼ਤ ਪਾਤ ਰੱਖਿਓ ਵੀ ਚੜ੍ਹਦੀ ਕਲਾ 'ਚ। ਜਦੋਂ ਮੈਂ ਢੱਕਣ ਖੋਲ੍ਹਿਆ, ਢੱਕਣ ਮੈਂ ਰੱਖਿਆ ਅਤੇ ਵਿੱਚ ਪੈਪ ਪਾ ਕੇ ਸੂਟਾ ਮਾਰਿਆ, ਮੈਂ 2 ਬੋਤਲਾਂ ਜਿਹੜੀਆਂ ਠੰਡਿਆਂ ਦੀਆਂ ਹੁੰਦੀਆਂ ਛੋਟੀਆਂ ਛੋਟੀਆਂ 25-25 ਤੀਆਂ ਦੀ, ਉਹ ਮੈਂ ਫੁੱਲ ਭਰ ਕੇ ਅਤੇ 2 ਲੈ ਕੇ ਆਇਆ ਡੀਜ਼ਲ ਦੀਆਂ ਭਰ ਕੇ ਲੈ ਕੇ ਆਇਆ ਅਤੇ ਮੈਂ ਪੈਪ ਉੱਧਰ ਸੁੱਟੀ ਆ ਅਤੇ ਢੱਕਣ ਜਿਹੜਾ, ਵੇਖੋ ਗੁਰੂ ਰਾਮਦਾਸ ਦੀ ਐਸੀ ਕਿਰਪਾ ਸੀ ਉੱਥੇ ਮੈਨੂੰ ਕਿਸੇ ਨੇ ਵੇਖਿਆ ਨਹੀਂ। ਇੱਕੋ ਮੁੰਡਾ ਜੋੜੇ ਸਾਫ਼ ਕਰਨ ਦਿਆ ਸੀ, ਉਹ ਕਹਿੰਦਾ ਵੀ ਇਹ ਕੀ ਕਰਨਾ। ਮੈਂ ਕਿਹਾ ਯਾਰ ਸਾਡੇ ਸਟਾਟਰ ਖਰਾਬ ਹੋਏ, ਉਹਨਾਂ ਦੀਆਂ ਪੱਤਰੀਆਂ ਜੁੜੀਆਂ ਅਤੇ ਉਹ ਇਸ ਤੇਲ ਦੇ ਨਾਲ ਸਹੀ ਹੋ ਜਾਂਦੀਆਂ ਅਤੇ ਉਹ ਮੈਂ ਤਾਂ ਲੈ ਕੇ ਚੱਲਿਆ। ਫਿਰ ਉੱਥੋਂ ਮੈਂ ਜੋ ਤੇਲ ਲੈ ਕੇ ਆਪਣੇ ਕਮਰੇ ਚੱਕੀ 'ਚ ਆਇਆ ਅਤੇ ਤੇਲ ਨੂੰ ਜਦੋਂ ਅੱਗ ਲਾਈ ਆ ਲਿਆ ਕੇ, ਤਾਂ ਡੀਜ਼ਲ ਤੁਹਾਨੂੰ ਪਤਾ ਭਾਰਾ ਹੁੰਦਾ, ਛੇਤੀ ਅੱਗ ਨਹੀਂ ਫੜਦਾ,
ਫਿਰ ਅਸੀਂ ਪਲੈਨ ਇਹ ਬਦਲਿਆ ਵੀ ਇਹ ਅੱਖ ਦੇ ਝਮੱਕੇ ਨਾਲ ਕੰਮ ਹੋਣਾ, ਵੀ ਇਹ ਬਲਾਸਟ ਹੋਣਾ। ਉਸ ਤੋਂ ਬਾਅਦ ਬਲਾਸਟ ਹੋਣਾ ਅਤੇ ਇਹ ਪੈਟਰੋਲ ਤੇਲ ਨਾਲ ਗੱਲ ਬਣਨੀ ਹੈ। ਹਾਂਜੀ, ਆਪਾਂ ਨਾ ਇਹ ਬਾਅਦ 'ਚ ਕੀ ਕੀਤਾ ਵੀ ਡੀਜ਼ਲ ਦਾ ਕੈਂਸਲ ਕੀਤਾ ਕੰਮ, ਕਿ ਇਹ ਅਸੀਂ ਸਲਾਹ ਦੋਨੇ ਕੀਤੀ ਵੀ ਇਵੇਂ ਕੰਮ ਹੋਣਾ ਚਾਹੀਦਾ ਜਿਵੇਂ ਬਲਾਸਟ ਹੁੰਦਾ, ਕਿਉਂਕਿ ਡੀਜ਼ਲ ਨਾਲ ਗੱਲ ਨਹੀਂ ਬਣਨੀ। ਫਿਰ ਜਿਵੇਂ ਅਸੀਂ ਦਾਤਰ ਮੰਗਾਇਆ ਅਤੇ ਬਾਹਰੋਂ ਅਸੀਂ ਜਿਹੜਾ ਉਹ ਪੈਟਰੋਲ ਤੇਲ ਜਿਹੜਾ ਉਹ ਡਾਬਰਾਂ ਵਾਲਾ ਦੀ ਵੱਡੀ ਸ਼ੀਸ਼ੀ ਭਰਾ ਕੇ ਮੰਗਾਇਆ। ਜਦੋਂ ਡਾਬਰਾਂ ਵਾਲਾ ਦੀ ਸ਼ੀਸ਼ੀ ਤੇਲ ਮੰਗਾਇਆ ਅਤੇ ਉਸ ਤੋਂ ਬਾਅਦ ਜਿਹੜਾ ਵੀ ਹੁਣ ਕਿਹਾ ਵੀ ਕੰਮ ਜਿਹੜਾ ਇਹ ਹੋ ਜੂਗਾ। ਫਿਰ ਜੇਲ੍ਹ ਦੇ ਵਿੱਚ ਸਾਰੀ ਸੈਟਿੰਗ ਕਰਦਿਆਂ ਪਲੈਨ ਕਰਦਿਆਂ 3 ਮਹੀਨੇ ਲੱਗ ਗਏ ਸਾਨੂੰ। ਉਸ ਤੋਂ ਬਾਅਦ ਮੁਸ਼ਕਲਾਂ ਦੇ ਮੁਸ਼ਕਲਾਂ, ਡਿਪਟੀ ਸੁਪਰਡੈਂਟ ਆ ਜਾਂਦਾ ਅਤੇ ਗਿਣਤੀ ਕੱਟਣ ਆ ਜਾਂਦਾ ਵੀ ਹਾਤਾ ਬਦਲੀ ਕਰਨਾ ਇੱਧਰ ਦਾ ਉੱਧਰ ਹੀ, ਹਾਤਾ ਚੇਂਜ ਕਰਨਾ ਅਤੇ ਹਾਤੇ 'ਚੋਂ ਗਿਣਤੀ ਕੱਟਣ ਆ ਗਿਆ। ਕੱਟਣ ਆ ਗਿਆ ਅਤੇ ਫਿਰ ਮੈਂ ਇਹੋ ਡਿਪਟੀ ਸੁਪਰਡੈਂਟ ਨੂੰ ਕਿਹਾ ਵੀ ਮੇਰਾ ਉੱਧਰ ਮੈਂ ਨਹੀਂ ਜਾਣਾ, ਵੀ ਮੇਰਾ ਕੋਈ ਉੱਧਰ ਲਾਗਤ ਭਾਜੀ ਆ। ਅਤੇ ਡਿਪਟੀ ਕਹਿੰਦਾ ਇੱਧਰ ਰਹੇ। ਜਿਹੜੀ ਗੱਗੂ ਦੀ ਗਿਣਤੀ ਉੱਥੋਂ ਕੱਟੀ ਗਈ, ਉਹਨੂੰ ਪਾ ਤਾ 20 ਚੱਕੀਆਂ 'ਚ ਹੈਗੇ ਅਤੇ ਅਸੀਂ ਮੈਂ ਗੱਗੂ 2 ਦਿਨ ਹੈਗੇ ਆਪਾਂ ਅਤੇ ਕੀਮਤ ਆਪਾਂ ਨੂੰ ਇੰਨਾ ਕਿੱਥੇ ਭੇਜ ਦੇਣਾ, ਕੀ ਕਰ ਦੇਣਾ, ਕੀ ਹੋਣਾ ਆਪਣੇ ਨਾਲ, ਅਤੇ ਜਿਹੜਾ ਆਪਣਾ ਸਮਾਨ ਸਮੂਨ ਚੁੱਕ ਕੇ ਖੜਨਾ ਉਹ ਨਾ ਜਾਊਗਾ ਅਤੇ ਮੈਂ ਇੱਥੇ ਰਹਿ ਲੈਂਦਾ। ਗੱਗੂ ਜਿਹੜਾ ਉਹ 20 ਚੱਕੀਆਂ ਦੇ ਵਿੱਚ 3 ਦਿਨ ਉੱਧਰ ਰਿਹਾ। ਇਹਨੇ ਤੜਕੇ ਸ਼ਾਮਾਂ ਨੂੰ ਜਾ ਕੇ ਉੱਧਰ ਬੰਦੀ ਕਰਾ ਲੈਣੀ ਆ ਅਤੇ ਤੜਕੇ ਉੱਠ ਕੇ ਮੇਰੇ ਕੋਲ ਆ ਜਾਣਾ। ਪਲੈਨ ਕਿਤੇ ਸਾਡੀ ਬਣੀ ਸਾਰੀ ਅਤੇ ਇੱਧਰ ਅਸੀਂ ਸੈਟਿੰਗ ਸੂਟ ਆਪਦੀ ਕਰਦੇ ਰਹਿਣਾ, ਜਿਹੜਾ ਸਮਾਨ ਸਮੂਨ ਸਾਡਾ ਬਚਿਆ ਗਿਆ। ਮੇਰੇ ਜਾਣ ਦਾ ਮਤਲਬ, ਕਹਿਣ ਦਾ ਮਤਲਬ ਇਹੋ ਵੀ ਅਸੀਂ ਤਾਂ ਨਹੀਂ ਗਏ ਵੀ ਰਾਹ 'ਚ ਕਿਤੇ ਤਲਾਸ਼ੀ ਹੋ ਗਿਆ ਸਾਡਾ ਸਮਾਨ ਨਾ ਫੜਿਆ ਜਾਵੇ, ਕਿਉਂ ਸਾਡੇ ਕੋਲ ਸਮਾਨ ਹੀ ਜਿਸ ਤਰ੍ਹਾਂ 222 ਨੰਬਰ ਦਾਤਰ ਵੀ ਤਾਂ ਰੱਖਿਆ, ਫਿਰ ਪੈਟਰੋਲ ਤੇਲ ਵੀ ਸਾਡੇ ਕੋਲ, ਡੀਜ਼ਲ ਵੀ, ਕਿਰਚਾਂ ਵੀ ਬਣਾਈ ਫਿਰ ਗਏ। ਫਿਰ ਮੋਬਾਈਲ ਫੋਨ ਇਹਦੇ ਲਈ ਮੰਗਾਇਆ ਇੱਕ ਵੀ ਇਹਦੀ ਵੀਡੀਓ ਬਣਾਉਣੀ ਆ। ਫਿਰ ਅਸੀਂ ਗਏ ਹਾਂ ਤਿਆਰੀ ਕਰਕੇ ਮੰਗਲਵਾਰ ਦੇ ਦਿਨ, ਮੰਗਲਵਾਰ ਦੇ ਦਿਨ ਗਏ ਹਾਂ ਅਸੀਂ ਇੱਧਰੋਂ 8 ਵਜੇ ਲੰਘੇ ਹਾਂ ਉੱਧਰ ਸਵੇਰ ਦੇ। ਇੱਕ ਨਾ ਚੈੱਕ ਪੋਸਟ ਲੱਗੀ ਉੱਥੇ ਵੀ ਮੁਲਾਜ਼ਮ ਬੈਠੇ ਹੁੰਦੇ ਆ, ਜੇਲ੍ਹਾਂ 2 ਆ ਅੰਦਰ ਜਾ ਕੇ। ਅਸੀਂ ਸੈਂਟਰ ਤੋਂ ਸਕਿਉਰਿਟੀ ਜਾਣਾ ਸੀ 9 ਹਾਤੇ 'ਚ। ਉੱਧਰ ਜਦੋਂ ਅਸੀਂ ਤੜਕੇ ਗਏ ਹਾਂ, ਉੱਧਰ ਮੰਗਲਵਾਰ ਦੇ ਦਿਨ ਦੌਰਾ ਸੀ ਅਤੇ ਵੱਡੇ ਸੁਪਰਡੈਂਟ ਨੇ ਦੌਰਾ ਕਰਨ ਆਉਣਾ ਸੀ। ਉਹ ਪੂਲਾ ਜਿਹੜਾ ਉਹ ਬਾਹਰ ਬੈਠਾ ਘੇਰੇ ਘੇਰੇ, ਉਹਦੇ 2-4 ਇਹਨੇ ਨਾਲ ਸੇਵਾਦਾਰ ਵੀ ਆਪਦੇ ਖੜ੍ਹੇ ਸੀ। ਜਿਹੜੇ ਸੇਵਾਦਾਰ ਖੜ੍ਹੇ ਸੀ ਅਤੇ ਉਹ ਲਾਗੇ ਬੈਠੇ ਆ, ਘੇਰੇ ਘੇਰੇ ਬੰਦੇ ਖਲੋਤੇ ਆ। ਅਤੇ ਅਸੀਂ ਜੇ ਅਸੀਂ ਕੰਮ ਵੀ ਕੀਤਾ ਅਤੇ ਇੱਥੇ ਕੱਚਾ ਰਹਿ ਜਾਣਾ, ਵੀ ਨੇਪਰੇ ਨਹੀਂ ਚੜ੍ਹਨਾ। ਅਤੇ ਉਹ ਟਾਈਮ ਮੇਰੇ ਫੋਨ ਵੀ ਇੱਥੇ ਹੇਕਣਾ ਬੱਧਾ ਸੀ ਵੀ 2008 'ਚ ਮੈਂ ਕਰੀਮ ਸ਼ੇ ਮੋਨਾ ਹਾਂ। ਜਿਸ ਤਰ੍ਹਾਂ ਸ਼ਰਟ ਦਾ ਬਟਨ ਖੋਲ੍ਹ ਦਈਏ ਅਤੇ ਵੀਡੀਓ ਬਣ ਡੈ ਪੈਗੀ, ਅਤੇ ਬਟਨ ਜੇ ਬੰਦ ਕਰ ਦਈਏ ਤਾਂ ਉਹ ਕੈਮਰਾ ਜਿਹੜਾ, ਕਿਉਂ ਸ਼ਰੇਆਮ ਤਾਂ ਆਪਾਂ ਬਣਾ ਨਹੀਂ ਆ ਸਕਦੇ, ਕਿ ਉੱਥੇ ਬਣਾਈ ਆ ਫੜ ਹੈਗੀ ਆ ਫੋਨਾਂ ਦੀ। ਅਤੇ ਵੇਖੋ ਮਾਲਕ ਦੀ ਐਸੀ ਕਿਰਪਾ ਹੀ ਵੀ ਮੰਗਲਵਾਰ ਅਸੀਂ ਨਾਲ ਸਭ ਕੋਲ ਖੜ੍ਹਿਆ, ਇਹ ਫੋਨ ਖੜ੍ਹਿਆ ਵੀਡੀਓ ਬਣਾਉਣ ਲਈ, ਅਤੇ ਮੰਗਲਵਾਰ ਜਿਹੜਾ ਉਹ ਕੰਮ ਨਹੀਂ ਨੇਪਰੇ ਚੜ੍ਹਿਆ। ਅਸੀਂ ਵਾਪਸ ਮੁੜ ਆਏ, ਉੱਥੋਂ ਇੱਕ ਲੰਬਰਦਾਰ ਆਉਂਦਾ ਸਾਡੇ ਕੋਲ ਅਤੇ ਆਉਂਦਾ ਵੀ ਵੀਰ ਜਿਹੜੇ ਹਾਤੇ 'ਚੋਂ ਆਏ ਉੱਧਰ ਚੱਲ ਜਾਓ ਅਤੇ ਇੱਥੇ ਸੁਪਰਡੈਂਟ ਆਉਣ ਵਾਲਾ ਅਤੇ ਬਾਅਦ 'ਚ ਤੁਸੀਂ ਆ ਜਾਓ ਜਿਹਨੂੰ ਮਿਲਣਾ। ਅਤੇ ਅਸੀਂ ਠੀਕ ਆ, ਅਸੀਂ ਉੱਥੋਂ ਦੋਵੇਂ ਜਣੇ ਵਾਪਸ ਮੁੜ ਆਏ ਹਾਂ। ਅਸੀਂ ਉੱਥੋਂ ਜੋ ਵਾਪਸ ਮੁੜੇ ਅਤੇ ਅਸੀਂ ਬੁੱਧਵਾਰ ਦਾ ਦਿਨ ਰੁਕੇ ਹਾਂ ਅਤੇ ਵੀਰਵਾਰ ਫਿਰ ਸਾਡੀ ਪੱਕੀ ਸੈਟਿੰਗ ਹੋ ਗਈ। ਨਾ ਕੋਈ ਨਾਲ ਅਸੀਂ ਤਿੱਖਾ ਹਥਿਆਰ ਖੜ੍ਹਿਆ, ਨਾ ਕੋਈ ਮੋਬਾਈਲ ਫੋਨ ਖੜ੍ਹਿਆ, ਅਸੀਂ ਕੁਛ ਨਹੀਂ ਨਾਲ ਖੜ੍ਹਿਆ। ਅਸੀਂ ਸਿਰਫ ਇੱਕ ਪੈਟਰੋਲ ਤੇਲ ਅਤੇ ਡੀਜ਼ਲ ਤੇਲ ਖੜ੍ਹਿਆ, ਨਾਲ ਇੱਕ ਐਡਾ ਕੁ ਡੱਬਾ ਲੈ ਲਿਆ ਅਤੇ ਨਾਲ ਅਸੀਂ ਮਸਾਲ ਲੈ ਲਈ ਅਤੇ ਡੱਬੀ ਲੈ ਲਈ ਆ। ਅਸੀਂ ਦੋਵੇਂ ਜਣਿਆਂ ਨੇ ਉੱਧਰ ਚਾਲੇ ਪਾ ਦਿੱਤੇ ਆ। ਜਦੋਂ ਇੱਥੋਂ ਸੈਂਟਰ 'ਚੋਂ ਸਕਿਉਰਿਟੀ ਲੰਘਣਾ ਸੀ, ਜਦੋਂ ਅਸੀਂ ਚੈੱਕ ਪੋਸਟ 'ਤੇ ਗਏ ਅਤੇ ਮੁਲਾਜ਼ਮਾਂ ਦੇ ਕਿੱਥੇ ਚੱਲੇ ਆਈਆਂ, 2 ਮਿੰਟ ਸਾਡਾ ਕੋਈ ਮਿੱਤਰ ਆਇਆ ਰਾਤ ਦਾ ਅਤੇ ਉਹਨੂੰ ਮਿਲਣ ਚੱਲੇ ਹਾਂ ਅਤੇ ਕਹਿੰਦਾ ਚਲੋ ਚੱਲ ਜਾਓ। ਮਣਾਈ ਹੈਗੀ ਨਾ ਇੱਕ ਦੂਜੇ 'ਚ ਨਹੀਂ ਜੇਲ੍ਹ 'ਚ ਜਾਣ ਦਿੰਦੇ, ਅਤੇ ਚਲੋ ਉਹਦੇ ਮਾਲਕ ਗੁਰੂ ਰਾਮਦਾਸ ਦੀ ਐਸੀ ਕਿਰਪਾ ਆਈ ਵੀ ਕੋਈ ਰੋਕਦਾ ਹੀ ਨਹੀਂ। ਚਲੋ ਜੇ ਹੁਣ ਜੇਲ੍ਹ ਦੇ ਵਿੱਚ ਗਿਣਿਆ ਜਾਵੇ ਤਾਂ ਥਾਂ ਥਾਂ 'ਤੇ ਚੈਕਿੰਗ ਹੁੰਦੀ ਆ, ਆਪਾਂ ਉੱਥੇ ਵਾਕਈ ਨਹੀਂ ਸੂਈ ਵੀ ਨਹੀਂ ਨਗਾ ਸਕਦੇ। ਇਹ ਤਾਂ ਗੁਰੂ ਰਾਮਦਾਸ ਦੀ ਐਸੀ ਕਿਰਪਾ ਵੀ ਜਿਹੜਾ ਸਾਰਾ ਹੀ ਸਮਾਨ ਆਈ ਗਿਆ ਕੋਈ ਫੜ ਨਹੀਂ ਹੋਇਆ। ਅਤੇ ਐਸੀ ਇੱਜ਼ਤ ਰੱਖੀ ਆ। ਜਦੋਂ ਇਹ ਗੱਗੂ ਨੂੰ ਪੁੱਛ ਕੇ ਵੇਖ ਲਿਓ, ਉਹਨੂੰ ਵੀ ਸਵਾਲ ਕਰ ਲਿਓ। ਜਦੋਂ ਮੈਂ 222 ਨੰਬਰ ਦਾਤਰ ਲਿਆ ਤਾਂ ਮੈਂ ਗੱਗੂ ਨੂੰ ਕਹਿ ਕੇ ਗਿਆ ਵੀ ਵੀਰਿਆ ਉੱਥੇ ਮੈਂ ਦਾਤਰ ਸਮੇਤ ਫੜਿਆ ਜਾਵਾਂ ਤਲਾਸੀ 'ਚ, ਮੇਰੇ 'ਤੇ 100 ਛੱਡ 200 ਡਾਂਗ ਵੀ ਪੁਲਿਸ ਵਾਲਾ ਤੋੜ ਦੂ, ਕੁੱਟੂ ਮਾਰੂ, ਮੈਨੂੰ ਬੰਦ ਕਰ ਦੂ।
ਪਰ ਨਾ ਮੈਂ ਤੇਰਾ ਨਾਂ ਲਊਂਗਾ ਅਤੇ ਨਾ ਪੂਲੇ ਦਾ ਵੀ ਉਹਨੂੰ ਮਾਰਨ ਲਈ ਲਿਆਉਂਦਾ ਅਤੇ ਜਾਂ ਗੱਗੂ ਮੇਰੇ ਨਾਲ ਆ। ਜੇ ਕੰਮ ਅਧੂਰਾ ਰਹਿ ਗਿਆ ਤਾਂ ਤੂੰ ਕਿਸੇ ਨੂੰ ਨਾਲ ਲੈ ਕੇ ਤਾਂ ਕਰ ਦਈ। ਕਹਿੰਦਾ ਠੀਕ ਆ। ਐਸੀ ਮਾਲਕ ਦੀ ਕਿਰਪਾ ਹੈਗੀ ਜੋ ਮੈਂ ਦਾਤਰ ਲੈ ਕੇ ਆਇਆ ਅਤੇ ਇਹੋ ਜਿਹੀ ਕਿਰਪਾ ਐ ਜੋ ਮਾਲਕ ਦਾ ਸਿਰ 'ਤੇ ਹੱਥ ਹੋਵੇ ਨਾ ਤਾਂ ਉਦੋਂ ਸਾਰੇ ਜਿਹੜੇ ਕਾਰਜ ਉਹ ਨਿਪਰੇ ਚੜ੍ਹ ਜਾਂਦੇ ਆ। ਉਹ ਐਸੀ ਕਿਰਪਾ ਹੋਈ ਵੀ ਕੋਈ ਇਹੋ ਜਿਹਾ ਕੋਈ ਗੱਲਬਾਤ ਨਹੀਂ ਹੋਈ। ਜੇ ਮੈਂ ਤੇਲ ਲੈਣ ਗਿਆ ਤਾਂ ਵੀ ਇਹੋ ਗੱਲ ਕਹਿ ਗਿਆ ਵੀ ਮੈਂ ਲੱਖ ਬੰਦ ਕਈ ਰਾਂ ਇਹ ਹੁੰਦਾ ਨਾ ਵੀ ਆਪਾਂ ਬੰਦ ਹੋ ਜਾਈਏ ਅਤੇ ਨਾਲ ਦੋ ਚਾਰ ਹੋਰ ਫਸਾ ਦਿੰਦੇ ਹਾਂ, ਪਰ ਭਰਾ ਤੁਹਾਡੇ ਦੇ ਖੂਨ 'ਚ ਨਹੀਂ। ਜੇ ਇੰਨੇ ਕੰਮ ਹੋਏ ਵੀ ਆ ਅਤੇ ਆਪਦੇ ਸਿਰ ਬਸਿਰ ਇਕੱਲਾ ਹੀ ਕੱਟ ਗਿਆ ਅਤੇ ਕਦੀ ਕਿਸੇ ਦਾ ਨਾਂ ਨਹੀਂ ਲਿਆ ਵੀ, ਅਤੇ ਚਾਹੇ ਕੋਈ ਆਣ ਕੇ ਇੱਕ ਜਣਾ ਵੀ ਕਹਿ ਦੇ ਵੀ ਮੇਰਾ ਨਾਂ ਲਿਆ ਸੀ ਇੱਥੇ ਹਰਚੰਦ ਨੇ, ਪਰ ਆਪਦੇ ਸਿਰ ਬਸਿਰ ਹੀ ਝੱਲੀਆਂ ਅਤੇ ਨਾ ਮੈਂ ਕਿਸੇ ਦੇ ਕਦੀ ਮੋਢੇ 'ਤੇ ਰੱਖ ਕੇ ਚਲਾਈ ਆ। ਜਿਹੜਾ ਕੰਮ ਕਰਨਾ ਆਪ ਕਰਨਾ। ਦੂਜੀ ਗੱਲ, ਉਸ ਦਿਨ ਜਦੋਂ ਫਿਰ ਤੁਸੀਂ ਗਏ, ਹਾਂ ਉਹ ਟਾਈਮ ਜਦੋਂ ਗਏ ਹਾਂ 8 ਵਜੇ ਅਸੀਂ ਉੱਧਰ ਐਂਟਰੀ ਕਰ ਗਏ ਹਾਂ, ਅਸੀਂ ਜਾ ਕੇ ਦਹਾਂ ਚੱਕੀਆਂ 'ਚ ਬੈਠੇ ਰਹੇ ਹਾਂ, ਮੁੰਡਾ ਕੋਈ ਉਹਦੇ ਕੋਲ, ਮੁੰਡੇ ਦੇ ਕੋਲ ਬੈਠੇ ਰਹੇ ਹਾਂ, ਉਹਦੇ ਕੋਲ ਬੈਠੇ ਰਹੇ ਹਾਂ ਅਸੀਂ 8 ਵਜੇ ਉਹਦੇ ਕੋਲ ਪਹੁੰਚ ਗਏ ਅਤੇ ਅਸੀਂ ਬੈਠੇ ਰਹੇ ਹਾਂ ਉੱਥੇ 11:30-12 ਵਜੇ ਤੱਕ, 11:30 ਵਜੇ ਤੱਕ ਉਹਦੇ ਕੋਲ ਬੈਠੇ ਰਹੇ ਹਾਂ। ਫਿਰ ਅਸੀਂ ਗਏ ਹਾਂ ਪੂਲੇ ਦਾ ਹੱਥ ਆ ਜਿਹੜਾ 9 ਪੈਂਦਾ ਉੱਥੇ ਗਏ ਹਾਂ। ਜਦੋਂ ਐਂਟਰੀ ਕੀਤੇ ਹਾਂ, ਜਦੋਂ ਅਸੀਂ ਤੁਰੇ ਜਾਣ ਡਿਆ ਅਤੇ 6 ਹਫ਼ਤੇ ਦਾ ਅਤੇ 7 ਹਫ਼ਤੇ ਦਾ ਅਤੇ 8 ਹਫ਼ਤੇ ਦੇ ਲਾਗੇ ਮੁਲਾਜ਼ਮ 6 ਬੈਠੇ, ਉਹਨਾਂ ਦੇ ਅਸੀਂ ਲਾਗੋ ਲੰਘ ਕੇ ਜਾਣਾ ਸੀ। ਉਹ ਆਪਦੀ ਵੀ ਦੀ ਗੱਲਾਂ ਕਰਨ ਦੇ ਅਤੇ ਅਸੀਂ ਲਾਗੋ ਲੰਘ ਕੇ ਚੱਲ ਗਏ। ਜਿਹੜਾ ਅੱਗੇ 9 ਹਫ਼ਤੇ ਦਾ ਮੁਲਾਜ਼ਮ ਆ, ਉਹ ਮੁਲਾਜ਼ਮ ਦਾ ਮੈਂ ਨਾਂ ਵੀ ਲੈ ਲੂੰ, ਉਹਦੀ ਗਵਾਹੀ ਵੀ ਸਾਡੇ 'ਤੇ, ਦਿਲਬਾਗ ਮੁਲਾਜ਼ਮ, ਉਹ ਜਾਂਦਿਆਂ ਨੂੰ ਦਾੜ੍ਹੀ ਕਟਾਉਣ ਡਿਆ, ਦਾੜ੍ਹੀ ਆਪਦੀ ਸਹੀ ਕਰਾਉਣ ਡਿਆ। ਉਹਦੇ ਹੱਥੇ 'ਚ ਅਸੀਂ ਐਂਟਰੀ ਕਰ ਗਏ, ਸਿੱਧਾ ਜਾਂਦੇ ਹਾਂ ਪੰਨੂ ਲੰਬਰਦਾਰ ਉੱਥੇ ਆਪਦਾ, ਉਹਦੇ ਕੋਲ ਜਾ ਕੇ ਅਸੀਂ ਬਹਿ ਜਾਂਦੇ ਹਾਂ, ਸਟੂਲ ਡੱਠੇ ਹੁੰਦੇ ਟੇਬਲ ਜੇ ਉੱਥੇ ਬਹਿ ਜਾਂਦੇ ਹਾਂ। ਪੂਲਾ ਨਿਹੰਗ ਜਿਹੜਾ ਉਹ ਆਪਦੇ 2 ਲੰਬਰ ਚੱਕੀ ਦੇ ਵਿੱਚ ਕਮਰੇ ਦੇ ਵਿੱਚ ਬੈਠਾ ਹੁੰਦਾ ਅਖਬਾਰ ਪੜ੍ਹਨ ਦਿਆ। ਨਾਲੇ ਮੈਂ ਇੱਥੇ ਦੱਸਣਾ ਚਾਹੂੰਗਾ ਗੱਗੂ, ਉੱਥੇ ਉਹਨੇ ਸਿਰ ਖੁੱਲ੍ਹਾ ਨਹੀਂ ਛੱਡਿਆ, ਵਾਲ ਨਹੀਂ ਸੁਕਾਉਣ ਡਿਆ, ਉੱਥੇ ਦਮਾਲਾ ਸਜਾਇਆ ਅਤੇ ਐਨਕ ਲਾਈ ਸੀ ਉਹਨੇ। ਤੂੰ ਤਾਂ ਆਹਨਾ ਵੀ ਉਹਨੇ ਐਨਕ ਲਾਈ ਸੀ, ਉਹਨੇ ਵਾਲ ਨਹੀਂ ਕੋਈ ਖੁੱਲ੍ਹੇ ਛੱਡੇ, ਵੀ ਸਿਰ ਨਾ ਕੇ ਆਇਆ ਸੀ ਉਹਨੇ ਐਨਕ ਸਜਾਈ ਲਾਈ ਅਤੇ ਦਮਾਲਾ ਸਜਾਇਆ ਸੀ ਉੱਤੇ। ਵੇਖੋ ਇੱਕ ਪਵਿੱਤਰ ਸੱਚਾ ਸੁੱਚਾ ਬਾਣਾ ਪਾ ਕੇ ਗੁਰੂ ਰਾਮਦਾਸ ਜੀ ਦਾ ਇੱਕ ਪਵਿੱਤਰ ਬਾਣੀ ਨੂੰ ਉਹਨੇ ਲਾਜ ਲਾਈ ਸੀ। ਜਦੋਂ ਅਸੀਂ ਉਸੇ ਗੱਲ 'ਤੇ ਆਉਂਦੇ ਹਾਂ, ਜਦੋਂ ਅਸੀਂ ਉੱਥੇ ਬਹਿ ਜਾਂਦੇ ਹਾਂ ਸਾਹਮਣੇ, ਅਤੇ ਵੇਖੋ ਐਸੀ ਗੁਰੂ ਰਾਮਦਾਸ ਦੀ ਕਿਰਪਾ ਹੁੰਦੀ ਆ, ਅਸੀਂ ਸਾਹਮਣੇ ਬੈਠੇ ਹਾਂ, ਪੰਨੂ ਲੰਬਰਦਾਰ ਨੇ ਸਾਨੂੰ ਚਾਹ ਫੜਾ ਦਿੱਤੀ ਆ, ਅਸੀਂ ਘੋੜ ਘੋੜ ਇੱਕ ਚਾਹ ਦਾ ਫੜਿਆ, ਉੱਧਰੋਂ ਸਾਡਾ ਪੂਲੇ ਦੇ ਗੜਬਈ ਵੱਲੇ ਧਿਆਨ ਆ ਪੂਲੇ ਵੱਲੇ, ਅਤੇ ਉੱਧਰੋਂ ਮੁਲਾਜ਼ਮ ਵੱਲੇ, ਐਸੀ ਮਾਲਕ ਦੀ ਕਿਰਪਾ ਹੋਈ, ਉੱਧਰੋਂ ਮੁਲਾਜ਼ਮ ਉੱਠਿਆ ਦਾੜ੍ਹੀ ਸਹੀ ਕਰਾ ਕੇ, ਉਹ ਹੌਦੀ ਵੱਲ ਨੂੰ ਗਿਆ ਅਤੇ ਉੱਧਰੋਂ ਗੜਬਈ ਉਹਦੇ ਨੇ ਬਰਾਂਡੇ 'ਚੋਂ ਬਾਲਟੀ ਫੜੀ ਅਤੇ ਉਹ ਵੀ ਹੌਦੀ ਵੱਲ ਨੂੰ। ਫਿਰ ਅਸੀਂ ਇੱਕ ਚਰਚ ਬਣੀ ਆ ਸਾਈਆਂ ਦੀ, ਉਹਦੇ ਬੈਕ ਸਾਈਡ 'ਤੇ ਗਏ ਹਾਂ, ਇੱਕ ਨਾਈ ਉੱਥੇ ਤਾਂ ਉਹਨੂੰ ਇਹੋ ਕਿਹਾ ਵੀ ਵੀਰ ਚੁੱਪ, ਅਸੀਂ ਲੱਤਾਂ ਨੂੰ ਤੇਲ ਲਾਇਆ ਸ਼ਰੇਆਮ, ਤਾਂ ਉੱਥੇ ਖੜ੍ਹ ਨਹੀਂ ਸਕਦੇ, ਐਡਾ ਡੋਲੂ ਉਹਦਾ ਢੱਕਣ ਸੁੱਟਿਆ, ਲੱਤਾਂ ਤੋਂ ਤੇਲ ਕੱਢਿਆ, ਤੇਲ ਲਾਇਆ ਇੱਥੇ ਜਰਾਬਾਂ ਦੇ ਨਾਲ, ਤੇਲ ਕੱਢ ਕੇ ਅਸੀਂ ਤਾਂ ਡੱਬੇ 'ਚ ਪਲਟਿਆ, 2-3 ਸ਼ੀਸ਼ੀਆਂ ਤੇਲ ਹੀ ਸਾਡੇ ਕੋਲ, 2 ਡੀਜ਼ਲ ਦੀਆਂ ਅਤੇ 1 ਪੈਟਰੋਲ ਦੀ, ਤੇਲ ਸਾਡੇ ਕੋਲ ਹੋਣਾ ਮੇਰੇ ਖਿਆਲ 1.5-2 ਪਾ ਤੇਲ, 1.5 ਕੁ ਪਾਈਆ। ਅਤੇ ਵੇਖੋ ਜੋ ਮਾਲਕ ਦੀ ਕਿਰਪਾ, ਜਦੋਂ ਅਸੀਂ ਤੇਲ ਉਹ ਡੱਬੇ 'ਚ ਪਲਟਿਆ, ਫਿਰ ਅਸੀਂ ਗਏ ਹਾਂ 3 ਲੰਬਰ ਕਮਰੇ ਦੇ ਵਿੱਚ, ਇੱਕ ਡੰਡੇ ਨੂੰ ਕੱਪੜਾ ਵਲੇਟਿਆ ਸੀ, ਮਸਾਲ ਜੀ ਬਣਾਈ ਕੱਪੜਾ ਵਲੇਟ ਕੇ ਡੰਡੇ ਨੂੰ, 3 ਲੰਬਰ ਕਮਰੇ 'ਚ ਵੜੇ ਹਾਂ ਉਹ ਡਬੋਈ ਵਿੱਚ, ਅਤੇ ਉਹਨੂੰ ਅਸੀਂ ਬਾਹਰੋਂ ਅੱਗ ਲਾ ਲਈ ਆ। ਜੇ ਹੁਣ ਪੂਲੇ ਦੇ ਸਾਹਮਣੇ ਅੱਗ ਲਾਉਂਦੇ ਤਾਂ ਉਹਨੇ ਚਕੰਨੇ ਹੋ ਜਾਣਾ ਸੀ। ਜਦੋਂ ਅਸੀਂ ਅੱਗ ਲਾ ਕੇ ਅਤੇ 3 ਲੰਬਰ ਕਮਰੇ 'ਚੋਂ 2 'ਚ ਵੜੇ ਹਾਂ, ਦੋਵੇਂ ਜਣੇ ਅਸੀਂ ਅੰਦਰ ਗਏ ਹਾਂ, ਅਸੀਂ ਪਾਪੀਆਂ ਅੰਤ ਆ ਗਿਆ ਤੇਰਾ, ਹੋ ਜਾ ਤਿਆਰ। ਅਤੇ ਪੂਲੇ ਦੇ ਅਖਬਾਰ ਜਿਹੜੀ ਪੜ੍ਹਦਾ ਪੜ੍ਹਦਾ ਸਾਡੇ ਲਈ ਜੋ ਵੇਖਿਆ ਉਹਨੇ, ਅਸੀਂ ਨਾਲ ਹੀ ਤੇਲ ਪਾਇਆ, ਮੈਂ ਇੱਥੇ ਮੰਨਦਾ ਵੀ ਗੱਗੂ ਨੇ ਤੇਲ ਪਾਇਆ, ਨਾਲ ਹੀ ਮੈਂ ਅੱਗ ਲਾਤੀ, ਤੇਲ ਪਾਇਆ ਅਤੇ ਨਾਲ ਮੈਂ ਅੱਗ ਲਾਤੀ ਆ। ਉਹਨਾਂ ਅੱਗ ਦਾ ਬਲਾਸਟ ਹੋਇਆ, ਇੱਕ ਬਲਾਸਟ, ਪੂਰਾ ਬਲਾਸਟ ਜਦੋਂ ਹੋਇਆ ਅਤੇ ਅਸੀਂ ਜੋ ਵਾਪਸੀ ਮੁੜ ਲੱਗੇ ਅਤੇ ਉਹਦੇ ਗੜਬਈ ਨੇ ਆਣ ਕੇ ਬੂਹਾ ਢੋਤਾ, ਹੋ ਸਕਦਾ ਉਹ ਕੁੰਡਾ ਲਾ ਦਿੰਦਾ ਅਤੇ ਉਹਨੇ ਜੱਫੀ ਸਾਨੂੰ ਨਾਲ ਹੀ ਪਾ ਲੈਂਦਾ, ਕਿਉਂਕਿ ਸਾਡੇ ਤੋਂ ਉਂਝ ਤਕੜਾ ਸੀ, ਉਂਝ ਵੀ ਤੇਜ਼ ਸੀ, ਉਹ ਸਾਨੂੰ ਜੱਫੀ ਪਾ ਲੈਂਦਾ ਅਤੇ ਹੋ ਸਕਦਾ, ਪਰ ਨਹੀਂ, ਗੁਰੂ ਰਾਮਦਾਸ ਦੀ ਐਸੀ ਕਿਰਪਾ ਸੀ, ਉਹਨਾਂ ਦਾ ਸਿਰ 'ਤੇ ਹੱਥ ਹੀ,
ਉਹ ਕੁੰਡਾ ਨਹੀਂ ਲੱਗਾ ਸੀ ਉਹਨੂੰ ਲੱਤ ਮਾਰੀ ਅਤੇ ਉਹ ਜਿਹੜਾ ਮੁੰਡਾ ਗੜਬਈ ਉਹਦਾ ਉਹ ਪਿੱਛੇ ਟਿੱਪਿਆ ਅਸੀਂ ਬਾਹਰ ਨਿਕਲ ਆਏ ਹਾਂ। ਜਦੋਂ ਅਸੀਂ ਨਾ ਉਹਨੂੰ ਅੱਗ ਲਾ ਕੇ ਵੀ ਬੜੀ ਅੱਗ ਨਾ ਭਾਅ ਜੀ ਐਂ ਪਈ ਆ ਵੀ ਜਿਵੇਂ ਬਲਾਸਟ ਹੁੰਦਾ। ਜਦੋਂ ਤੁਸੀਂ ਉਹਨੂੰ ਅੱਗ ਲਾਈ ਜਾਕਦਮ ਉਹਨੂੰ ਅੱਗ ਲੱਗਦੀ ਉਹ ਤੋਂ ਪਹਿਲਾਂ ਉਹਨੂੰ ਇੱਕ ਕਹਿ ਵੀ ਦਿੱਤਾ ਵੀ ਤੇਰਾ ਅੰਤ ਆ ਗਿਆ। ਪੂਲੇ ਦੇ ਅੱਗੇ ਬੋਲ ਨਹੀਂ ਕੋਈ ਵੀ ਨਿਕਲਿਆ। ਸੁਭਾਵਿਕ ਤੌਰ ਦੇ ਉੱਤੇ ਬੰਦਾ ਪਹਿਲਾਂ ਐਡਾ ਅਗਰੈਸਿਵ ਹੋਵੇ, ਇੰਨੇ ਗੁੱਸੇ ਵਾਲਾ ਜਾਂ ਜਿਹਦੀ ਇੰਨੀ ਦਹਿਸ਼ਤ ਹੋਵੇ ਵੀ ਉਹ ਕੁਛ ਬੋਲਿਆ ਨਾ ਹੋਵੇ। ਦੇਖੋ ਇੰਨਾ ਟਾਈਮ ਹੀ ਨਹੀਂ, ਇੰਨੀ ਵੈਲਡਿੰਗ ਬੋਲਦੇ ਅਸੀਂ ਨਾਲ ਤੇਲ ਪਾਇਆ ਨਾਲ ਅੱਗ ਲਾਤੀ। ਉਹਨੇ ਬੋਲਿਆ ਕੁਛ ਨਾ? ਕੁਛ ਨਹੀਂ, ਇਵੇਂ ਮੈਂ ਕਹਾਂ ਉਹਨੇ ਪੂਲੇ ਨੇ ਉਹ ਬੋਲਿਆ, ਜੇ ਬੋਲਣ ਦਾ ਟਾਈਮ ਹੀ ਨਹੀਂ ਦਿੱਤਾ। ਆਈਆਂ ਪਾਪੀਆਂ ਅੰਤ ਆ ਗਿਆ ਤੇਰਾ, ਹੋ ਜਾ ਤਿਆਰ, ਤੇਲ ਪਾਇਆ ਅੱਗ ਲਾਤੀ ਹੈ, ਕਿਉਂ ਬੋਲਣ ਦਾ ਮੌਕਾ ਹੀ ਨਹੀਂ ਨਾ ਡਿੱਗਾ ਨਹੀਂ। ਅਖਬਾਰ ਉਹਦੇ ਹੱਥੋਂ ਜ਼ਰੂਰ ਛੁੱਟੀ, ਐਂ ਅਖਬਾਰ ਛੁੱਟ ਗਈ ਅਤੇ ਐਂ ਵੇਖਿਆ ਉਹਨੇ ਜੋ ਵੀ ਇਹ ਕੌਣ ਆ ਗਏ ਮੇਰੇ ਸਾਹਮਣੇ, ਤਾਂ ਇਹ ਗੱਲ ਕੋਈ ਬੋਲ ਨਹੀਂ ਸਕਦਾ ਇਹ ਕੌਣ ਆ। ਅਤੇ ਜਦੋਂ ਇੰਨੀ ਗੱਲ ਬੋਲ ਕੇ ਤੇਲ ਪਾ ਕੇ ਅੱਗ ਲਾਤੀ ਆ, ਉਹ ਉੱਠ ਕੇ ਜਦੋਂ ਅੱਗ ਆ, ਅੱਗ ਬਲਾਸਟ ਹੁੰਦਾ ਤਾਂ ਪੱਖੇ ਨੂੰ ਵੱਜਦੀ ਜਾ ਕੇ, ਪੈਟਰੋਲ ਤੇਲ ਦੀ ਥੱਲੇ ਆਸਣ ਨੂੰ ਲੱਗ ਜਾਂਦੀ ਆ, ਉਹ ਤੁਰ ਕੇ ਬਾਹਰ ਆਉਂਦਾ। ਦੇਖੋ ਅੱਜ ਜੇ ਉਹ ਮਰ ਗਿਆ ਤਾਂ ਆਪਾਂ ਕਹਿ ਸਕਦੇ ਹਾਂ ਇਹੋ ਵੀ ਬਹੁਤ ਜ਼ਿਆਦਾ ਹਿੰਮਤ ਵਾਲਾ ਦਲੇਰ ਸੀ। ਉਹ ਉੱਠ ਕੇ ਬਾਹਰ ਹੌਦੀ 'ਤੇ ਆਇਆ। ਆਮ ਜਿਹੜੀ ਜਨਤਾ ਹੁੰਦੀ ਆ ਉਹਨਾਂ ਨੇ ਉੱਤੇ ਉਹਦੇ ਪਾਣੀ ਪਾਇਆ, ਜਿਹੜੀ ਉਹ ਅੱਗ ਬੁਝਾਈ ਆ, ਅੱਗ ਉਹਨੂੰ ਇੰਨੀ ਲੱਗ ਚੁੱਕੀ ਸੀ ਵੀ ਜਿਹੜਾ ਸਾਰੀ ਜਿਹੜੀ ਚਮੜੀ ਆ 80-85% ਜਿਹੜਾ ਸੜ ਗਿਆ ਸੀ, ਵੀ ਜਿਹੜੀ ਚਰਬੀ ਉਹ ਬਾਰਾ ਕਾਫੀ ਮੋਟਾ ਸੀ, ਭਾਰਾ ਸੀ, ਜਿਹੜਾ ਉਹ ਚੋਲਾ ਸੀ ਪਵਿੱਤਰ ਸੱਚਾ ਸੁੱਚਾ ਮਹਾਰਾਜ ਦਾ ਪਾਇਆ, ਉਹ ਚੋਲੇ ਨੂੰ ਸਾਰਾ ਬਿਲਕੁਲ ਹੀ ਸਾਰਾ ਖਤਮ ਹੋ ਗਿਆ। ਉਹ ਵੇਖਿਆ ਹੋਣਾ ਤੁਸੀਂ ਵੀਡੀਓ 'ਤੇ, ਬਿਲਕੁਲ ਹੀ ਸਾਫ਼ ਹੋ ਗਿਆ ਸਾਰਾ ਕੁਛ, ਵੀ ਕਾਫੀ ਇਹਨੂੰ ਅੱਗ ਲੱਗ ਗਈ। 80-85% ਜਿਹੜਾ ਸਰੀਰ ਸੜ ਜਾਣਾ ਤਾਂ ਉਹ ਫਿਰ ਮੁਸ਼ਕਲ ਹੀ ਆ, ਹੈ ਨਾ। ਖੈਰ ਮੈਂ ਤਾਂ ਇਹ ਚਾਹੁੰਦਾ ਵੀ ਕੋਈ 10-20 ਦਿਨ ਕੱਢ ਜਾਂਦਾ, ਅਤੇ ਬਾਕੀ ਜਿਹੜੇ ਕੋਈ ਇਹਨੇ ਪਾਪ ਕੀਤੇ, ਜਿਸ ਤਰ੍ਹਾਂ ਲਾ ਲਓ ਬਲਵਿੰਦਰ ਸਿੰਘ ਜਟਾਣੀ ਦਾ ਪਰਿਵਾਰ ਮਾਰਿਆ, ਮੁੜ ਮੁੜ ਉੱਥੇ ਗੱਲ ਆਉਂਦੀ ਆ, ਚਾਹੇ ਜੋਗੇ ਖਾਨਪੁਰੀਏ ਦਾ ਪਰਿਵਾਰ ਮਾਰਿਆ, ਚਾਹੇ ਨੇਕਾਂ ਹੀ ਧੀਆਂ ਭੈਣਾਂ ਦੇ ਨਾਲ ਇਹਨੇ ਗਲਤ ਕੰਮ। ਫਿਰ ਤੁਸੀਂ ਕਿਵੇਂ ਜਾਂਦੇ ਹੋ ਉਦੋਂ ਆਲੇ ਦੁਆਲੇ? ਉਦੋਂ ਤੱਕ ਤਾਂ ਰੌਲਾ ਪੈ ਜਾਂਦਾ, ਯਕਦਮ ਪੁਲਿਸ ਵੀ ਚੁਕੰਨੀ ਹੋ ਕੇ ਤੁਹਾਡੇ ਵੱਲੋਂ ਦੌੜਦੀ ਹੋਊ, ਉਹ ਕੀ ਸੀਨ ਸੀ? ਸੀਨ ਇਹ ਜਦੋਂ ਅਸੀਂ ਅੱਗ ਲਾ ਕੇ ਵਾਪਸੀ ਮੁੜਦੇ ਹਾਂ, ਸਾਡੇ ਮਗਰ ਜਨਤਾ ਬੜੀ ਭੱਜ ਕੇ ਆਉਂਦੀ, ਉੱਧਰੋਂ ਜਿਹੜੀ ਪੁਲਿਸ ਆ ਉਹ ਵੀ ਆ ਜਾਂਦੀ ਆ, ਅਤੇ ਜਨਤਾ ਜਿਹੜੀ ਉਹ ਵਾਪਸ ਮੁੜ ਜਾਂਦੀ ਆ। ਡਿਪਟੀ ਸੁਪਰਡੈਂਟ ਨੂੰ ਇੱਕੋ ਗੱਲ ਕਹੀ ਅਤੇ ਅਸੀਂ ਜ਼ਿੰਮੇਵਾਰੀ ਚੁੱਕਦੇ ਹਾਂ, ਅਸੀਂ ਇਹ ਕੰਮ ਕਰਕੇ ਆਏ ਹਾਂ, ਸਾਨੂੰ ਤੇਰਾ ਇੱਥੇ ਕੋਈ ਮੁਲਾਜ਼ਮ ਜਲੀਲ ਨਾ ਕਰੇ, ਬੇਸ਼ੱਕ ਉੱਥੇ ਕੋਨੇ ਦੇ ਖਿਲਾਰ ਕੇ ਗੋਲੀ ਮਾਰਦੇ, ਸਾਨੂੰ ਕੋਈ ਈਰਖ ਨਹੀਂ, ਜਿਹੜਾ ਅਸੀਂ ਕੰਮ ਕਰਨਾ ਅਸੀਂ ਘਰ ਆਏ ਹਾਂ। ਫਿਰ ਉਹਨਾਂ ਨੇ ਮੁਲਾਜ਼ਮ ਨੇ ਇਹੋ ਡਿਪਟੀ ਸੁਪਰਡੈਂਟ ਨੇ ਇਹੋ ਕਿਹਾ ਵੀ ਇਹਨਾਂ ਨੂੰ ਬੰਦ ਕਰ ਦਿਉ 20 ਚੱਕੀਆਂ 'ਚ, ਅਤੇ ਮੈਂ ਉੱਧਰ ਪੂਲੇ ਨੂੰ ਸੰਭਾਲਾਂ ਜਾ ਕੇ। 20 ਮਿੰਟਾਂ ਬਾਅਦ ਸਾਨੂੰ ਬੰਦ ਕਰ ਦਿੰਦੇ ਆ ਮੁਲਾਜ਼ਮ ਜਾ ਕੇ, 20 ਮਿੰਟਾਂ ਬਾਅਦ ਜਿਹੜਾ ਡਿਊਟੀ ਸਟੂਡੈਂਟ ਸਾਡੇ ਕੋਲ ਜਾਂਦਾ, ਕਹਿੰਦਾ ਵੀ ਆਪਦਾ ਨਾਂ ਪਤਾ ਲਿਖਾਓ। ਅਸੀਂ ਆ ਡਿਊਟੀ ਸਾਹਿਬ ਨਾਂ ਪਤਾ ਤਾਂ ਅਸੀਂ ਲਿਖਾ ਦਾਂਗੇ, ਸਾਨੂੰ ਇਹ ਦੱਸ ਵੀ ਪੂਲਾ ਸੜ ਕਿੰਨਾ ਕੁ ਗਿਆ। ਕਹਿੰਦਾ ਜਿਉਂ ਮੈਂ ਨਾ ਤੁਹਾਨੂੰ ਨਾਂ ਪਤਾ ਲਿਖਾਓ, ਮੈਂ ਕੋਈ ਨਾ ਕੋਈ ਜਾਣੀ ਕਿ ਸੁਰੱਖਿਆ ਦੇਣੀ ਆ, ਉੱਥੇ ਘਰ ਵੀ ਤੁਹਾਡੇ ਭੇਜਣੀ ਆ, ਸਾਰਾ ਕੁਛ ਕਰਨਾ, ਕਿਉਂ ਜ਼ਿੰਮੇਵਾਰੀ ਹੁੰਦੀ ਇਹਨਾਂ ਦੀ ਇੱਕ ਵੀ ਆਹ ਮੁੰਡਿਆਂ ਨੇ ਕੰਮ ਕਰਤਾ ਅਤੇ ਆਹ ਕੁਛ ਹੈ ਨਾ, ਇਹਨਾਂ ਤਲਾਹ ਕਰਨੀ ਹੁੰਦੀ ਥਾਣਿਆਂ ਦੇ ਵਿੱਚ। ਅਸੀਂ ਆਖੀਆ ਵੀ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਡਰੈਸ ਸਾਰਾ ਕੁਛ ਲਗਾਉਣੇ, ਪੂਲੇ ਦਾ ਦੱਸੋ। ਫਿਰ ਆਉਂਦਾ ਵੀ ਕਾਫੀ ਉਹ ਸੜਿਆ, ਜਿਹੜੀ ਚਰਬੀ ਉਹ ਚੋਈ ਜਾਂਦੀ ਆ, ਜਿਹੜਾ ਉੱਤੇ ਕੱਪੜਾ ਪਾਉਣੇ ਉਹ ਜੁੜਦਾ ਜਾਂਦਾ, ਕਾਫੀ ਸੜ ਗਿਆ ਵੀ ਅਸੀਂ। ਫਿਰ ਇਹਨਾਂ ਨੇ ਪੂਲੇ ਨੂੰ ਭੇਜਿਆ ਜੇਲ੍ਹ 'ਚੋਂ ਸਿੱਧਾ ਹੀ ਰੈਫਰ ਕੀਤਾ ਇਹ ਗੁਰੂ ਨਾਨਕਾ ਹਸਪਤਾਲ। ਗੁਰੂ ਨਾਨਕਾ ਹਸਪਤਾਲ ਵਾਲਿਆਂ ਜਵਾਬ ਦੇ ਤਾ ਵੀ ਸਾਡੇ ਕੋਲ ਇਹ ਠੀਕ ਨਹੀਂ ਹੋ ਸਕਦਾ, ਉਹਨਾਂ ਫਿਰ ਰੈਫਰ ਕਰਤਾ PGI ਨੂੰ। ਇਹ PGI ਜਿਸ ਤਰ੍ਹਾਂ ਅੱਜ ਵੀਰਵਾਰ 12 ਵਜੇ ਅੱਗ ਲੱਗਦੀ ਆ ਅਤੇ ਸ਼ੁੱਕਰਵਾਰ ਤੜਕੇ 8 ਵਜੇ ਮਰ ਜਾਂਦਾ। ਇਹ ਵੀ ਖਬਰ, ਕਿਉਂਕਿ ਉਹ ਜਿਹੜੀ PTC ਨਿਊਜ਼ 'ਤੇ ਦੀ ਨਿਊਜ਼ ਚੱਲਣ ਡਈ ਉਹ ਸਵੇਰ ਦੇ 8 ਵਜੇ ਤੋਂ ਪਹਿਲਾਂ ਦੀ ਆ, ਜਿਸ ਤਰ੍ਹਾਂ ਅੱਧਾ ਦਿਨ ਕੱਢ ਗਿਆ ਅਤੇ ਇੱਕ ਰਾਤ ਸਾਰੀ ਕੱਢ ਗਿਆ। ਅਤੇ ਦੇਖੋ ਜੈਸੀ ਕਰਨੀ ਵੈਸੀ ਭਰਨੀ, ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਂਗੇ, ਇੱਕ ਨਾ ਇੱਕ ਦਿਨ ਜਿਹੜਾ ਉਹ ਪਾਪਾਂ ਦਾ ਘੜਾ, ਜੇ ਪਾਪ ਬੰਦਾ ਕਰੀ ਜਾਂਦਾ ਉਹ ਪਾਪਾਂ ਦਾ ਘੜਾ ਇੱਕ ਨਾ ਇੱਕ ਦਿਨ ਉਹ ਭਰ ਜਾਂਦਾ ਅਤੇ ਭਰਦਾ ਜ਼ਰੂਰ ਆ। ਬਿਲਕੁਲ। ਅੱਛਾ, ਜਿਵੇਂ ਉਸ ਤੋਂ ਬਾਅਦ ਕਿੰਨੇ ਚਿਰ ਫਿਰ ਜੇਲ੍ਹ 'ਚ ਰਹੇ ਇਸ ਕੇਸ ਦੇ ਵਿੱਚ? ਇਸ ਕੇਸ ਦੇ ਵਿੱਚ, ਪੂਲੇ ਵਾਲੇ ਕੇਸ ਦੇ ਵਿੱਚ ਮੈਂ 2007 ਤੋਂ ਲੈ ਕੇ ਅਤੇ 2014 ਦੇ ਵਿੱਚ ਪੂਲੇ ਵਾਲਾ ਕੇਸ ਜਿਹੜਾ ਉਹ ਬਰੀ ਹੋ ਜਾਂਦਾ। ਜਦੋਂ 2014 'ਚ ਨਵਤੇਜ ਗੁੱਗੂ ਜਦੋਂ 2014 'ਚ ਹੁੰਦਾ ਕੇਸ ਬਰੀ ਅਤੇ ਗੁੱਗੂ ਜਿਹੜਾ ਬਾਹਰ ਆ ਜਾਂਦਾ, ਅਤੇ ਮੈਂ ਜਿਹੜਾ 2007 ਤੋਂ ਲੈ ਕੇ ਅਤੇ ਮੇਰੀ ਰਿਹਾਈ ਹੁੰਦੀ 2019 'ਚ,
ਪੰਜਾਂ ਸਾਲਾਂ ਦਾ ਫਰਕ ਪੈ ਗਿਆ। ਉਹਦਾ ਕੀ ਕਾਰਨ ਜੀ? ਉਹਦਾ ਕਾਰਨ ਮੇਰਾ ਕੋਈ ਕੇਸ ਹੋਰ ਹੈਗਾ 302 ਦਾ ਜਿਹਦੇ ਵਿੱਚ ਮੈਨੂੰ ਸਜ਼ਾ ਹੋ ਗਈ, ਕਿਉਂਕਿ ਮੈਂ ਸਾਰਿਆਂ ਗਾੜੀ ਹੱਥ ਜੋੜੇ, ਅੱਜ ਮੈਂ ਉਹ ਵੀ ਕਹਿਣਾ ਚਾਹੁੰਦਾ, ਮੈਂ ਗੱਗੂ ਗਾੜੀ ਵੀ ਹੱਥ ਜੋੜੇ ਸਾਰਿਆਂ ਗਾੜੀ ਅਪੀਲ ਕੀਤੀ ਵੀ ਮੇਰਾ ਕੇਸ ਜਿਹੜਾ 302 ਦਾ ਵੀ ਉਹਨੂੰ ਬਰੀ ਕਰਾ ਲਓ ਚਾਹੇ ਉਹਦਾ ਰਾਜ਼ੀਨਾਮਾ ਕਰਾ ਲਓ, ਕਿਸੇ ਨੇ ਸੁਣੀ ਨਹੀਂ। ਮੈਨੂੰ ਉਹਦੇ ਵਿੱਚ 20 ਸਾਲ ਉਮਰ ਕੈਦ ਹੋ ਗਈ। ਫਿਰ ਉਹ ਜਿਹੜੀ ਮੈਂ ਸਜ਼ਾ ਉਹ ਕੱਟ ਕੇ ਆਇਆ 2007 'ਚ ਮੈਂ ਅੰਦਰ ਗਿਆ, 2008 'ਚ ਪੂਲੇ ਵਾਲਾ ਕੇਸ ਹੁੰਦਾ, ਪੂਲੇ ਵਾਲੇ ਕੇਸ ਤੋਂ ਬਾਅਦ 2014 'ਚ ਬਰੀ ਹੋ ਜਾਂਦਾ, ਗੱਗੂ ਬਾਹਰ ਆ ਜਾਂਦਾ ਅਤੇ ਮੈਂ ਉੱਥੇ ਬਸ ਸਿਰਫ ਅਤੇ ਸਿਰਫ ਇੱਕ ਘਰੋਂ ਵੀ ਕਮਜ਼ੋਰੀ ਸੀ, ਘਰ ਦੀ ਇੱਕ ਪੈਸੇ ਦੀ ਕਮਜ਼ੋਰੀ ਸੀ, ਹੋ ਸਕਦਾ ਮੈਂ ਗੱਗੂ ਤੋਂ ਵੀ ਪਹਿਲੋਂ ਬਾਹਰ ਆ ਜਾਂਦਾ ਜੇ ਮੇਰੇ ਕੋਲ ਵੀ ਇੰਨਾ ਕੋਈ ਧਨ ਦੌਲਤ ਕੋਈ ਪੈਸਾ ਧੇਲਾ ਹੁੰਦਾ, ਕਿਉਂ ਕਰਨਾ ਇਹਦੇ ਬਾਹਰਲੀਆਂ ਸੰਗਤਾਂ ਨੇ ਹੀ। ਹੁਣ ਪੂਲੇ ਵਾਲਾ ਕੇਸ ਜੇ ਨਿਬੜਿਆ, ਇਹ ਕੋਈ ਅਸੀਂ ਕੋਲੋਂ ਥੋੜ੍ਹੀ ਨਿਬੇੜਿਆ, ਇਹ ਬਾਹਰਲੀਆਂ ਜਥੇਬੰਦੀਆਂ ਨੇ ਨਿਬੇੜੇ ਨਾ, ਕੋਈ ਪੈਸਾ ਧੇਲਾ ਭੇਜ ਕੇ ਹੈ ਨਾ, ਮਾਇਆ ਜਿੰਨੀ ਇਕੱਠੀ ਕੀਤੀ ਉਹਦੇ ਸਾਰੇ ਨਿਬੇੜੇ ਨਾ। ਹੋ ਸਕਦਾ ਤਰਸ ਆਧਾਰ 'ਤੇ ਮੇਰਾ ਵੀ ਉਹ ਪਹਿਲਾ ਕੇਸ ਨਿਬੇੜ ਸਕਦੇ ਸੀ, ਕਿਉਂਕਿ ਇੱਕ ਵੇਖੋ ਟਾਈਮ ਮੈਨੂੰ ਤਾਂ ਲੱਗ ਗਿਆ, ਇੱਕ ਘਰੋਂ ਪ੍ਰੋਬਲਮ ਥੋੜ੍ਹੀ ਜਿਹੀ ਗਰੀਬੀ ਸੀ ਘਰ ਦੇ ਵਿੱਚ, ਕਿਉਂਕਿ ਕਮਜ਼ੋਰੀ ਸੀ। ਇੱਕ ਦੂਜੀ ਗੱਲ ਜਿਹੜਾ ਮੈਨੂੰ ਸਮਾਂ ਲੱਗ ਗਿਆ ਜੇਲ੍ਹ ਦੇ ਵਿੱਚ, ਜੇਲ੍ਹ ਦੇ ਵਿੱਚ ਜ਼ਿਆਦਾ ਆਪਾਂ ਤਾਂ ਕੋਈ ਫੋਨ ਵੀ ਨਹੀਂ ਵਰਤ ਸਕਦੇ, ਫੋਨ ਤਾਂ ਚਾਹੇ PCO ਲੱਗੇ ਉੱਥੋਂ ਕਰ ਸਕਦੇ ਕੋਈ 5-10 ਮਿੰਟ ਘਰ ਦੇ ਵਿੱਚ, ਕਿਉਂਕਿ ਇੰਨਾ ਫਿਰ ਉਹ ਜੇਲ੍ਹ ਦੇ ਵਿੱਚ ਜਿਹੜਾ ਮੈਂ 5 ਸਾਲ ਰਿਹਾ ਤੋ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਘਰ ਵੀ ਆਈ ਆ ਅਤੇ ਮੈਨੂੰ ਵੀ, ਅਤੇ ਗੱਗੂ ਨੇ ਆਣ ਕੇ ਚਲੋ ਬਾਹਰ 5 ਸਾਲਾਂ ਦੇ ਵਿੱਚ ਸਾਰੀ ਸੈਟਿੰਗ ਸੂਟਿੰਗ ਕਰ ਲਈ, ਚਲੋ ਮੈਂ ਖੁਸ਼ ਹਾਂ, ਭਰਾ ਹੈ ਆਪਣਾ ਕੋਈ ਗੱਲ ਨਹੀਂ ਅਤੇ ਬਾਕੀ ਖੁਸ਼ ਹਾਂ ਆਪਾਂ। ਅੱਛਾ ਹਰਚੰਦ ਜੀ, ਉਸ ਤੋਂ ਬਾਅਦ ਜਦੋਂ ਜੇਲ੍ਹ 'ਚੋਂ ਆਉਂਦੇ ਹਾਂ, ਪਰਿਵਾਰ ਦੇ ਹਾਲਾਤ ਜਿਸ ਤਰੀਕੇ ਦੇ ਨਾਲ ਹੁੰਦੇ ਨੇ, ਔਰ 14-15 ਲਗਭਗ ਜਿੰਨੇ ਸਾਲ ਤੁਸੀਂ ਜੇਲ੍ਹ ਦੇ ਵਿੱਚ ਰਹੇ, 7-8 ਸਾਲ ਤਾਂ ਤੁਸੀਂ ਤਾਂ ਵੱਧ ਰਹੇ ਹੈ ਨਾ, ਤਾਂ ਉਹ ਫਿਰ ਪਰਿਵਾਰ ਨੂੰ ਦੁਬਾਰਾ ਜਦੋਂ ਜੇਲ੍ਹ ਤੋਂ ਬਾਹਰ ਆਏ ਫਿਰ ਆ ਕੇ ਕਿੱਦਾਂ ਚੱਕਿਆ, ਕਿਵੇਂ ਗੁਜ਼ਾਰਾ ਕੀਤਾ, ਕਿਵੇਂ ਦੁਬਾਰਾ ਕੰਮ ਦੀ ਸੈਟਿੰਗ ਕੀਤੀ? ਕੰਮ ਦੀ ਸੈਟਿੰਗ ਇਵੇਂ ਹੋਈ ਆ ਵੀ ਜਿਹੜੇ ਕੋਈ ਪਿਆਰ ਕਰਨ ਵਾਲੇ ਮੈਨੂੰ ਵੀ ਪਤਾ ਲੱਗਾ ਬਾਹਰਲੀਆਂ ਸਮੂਹ ਸੰਗਤਾਂ ਨੂੰ, ਅਤੇ ਸੰਗਤਾਂ ਨੇ ਤਿਲ ਫੁੱਲ ਜਿਹੜੀ ਮਾਇਆ ਭੇਜੀ ਆ ਉਹ ਫਿਰ ਥੋੜ੍ਹੀ ਥੋੜ੍ਹੀ ਸੈਟਿੰਗ ਕਰਕੇ, ਇੱਕ ਮੇਰੀ ਮਾੜੀ ਕੰਬੋ ਕੇ ਜਗ੍ਹਾ ਸੀ 10 ਮਰਲੇ ਮੈਨੂੰ ਆਉਂਦੀ, ਉਹਦੇ ਵਿੱਚੋਂ ਉਹ ਮੈਂ ਸੇਬ ਵੇਚ ਕੇ ਅਤੇ ਫਿਰ ਘਰ ਦੀ ਮਾੜੀ ਮੋੜ ਸੈਟਿੰਗ ਕੀਤੀ ਆ। ਅਜੇ ਤੱਕ ਵੀ ਜੇ ਮੈਂ ਬੱਚੇ ਪੜ੍ਹਾਉਣ ਡਿਆ ਤਾਂ ਆਪਦੇ ਸਿਰ ਬਸੇਰੀ ਆ, ਕਿਉਂਕਿ ਇਹ ਪਿੰਡ ਵਾਲੀ ਜਗ੍ਹਾ ਵੇਚੀ ਅਤੇ ਤਿਲ ਫੁੱਲ ਜਿਹੜੀ ਸੰਗਤ ਨੇ ਬਾਹਰੋਂ ਮਦਦ ਕੀਤੀ ਆ, ਅਤੇ ਉਹਦੇ ਨਾਲ ਜਿਹੜਾ ਮਾੜਾ ਮੋਟਾ ਆਪਦੇ ਘਰ ਦਾ ਮੇਰਾ ਗੁਜ਼ਾਰਾ ਕਰਨ ਦੇ ਚੱਲਣ ਡਿਆ, ਕਿਉਂਕਿ ਜੇ ਮੈਂ ਘਰ ਬਣਾਇਆ ਤਾਂ ਉਹ ਪਿੰਡ ਵਾਲੀ ਜਗ੍ਹਾ ਵੇਚ ਕੇ ਅਤੇ ਤਿਲ ਫੁੱਲ ਜਿਹੜੇ ਮੈਨੂੰ ਦਿੱਤੇ ਆ, ਵੀ ਮੇਰੇ ਕੋਲ ਕੋਈ ਇਹ ਨਹੀਂ ਕਿਸੇ ਨੇ ਇੰਨੀ ਮਦਦ ਹਲਫ ਕੀਤੀ ਵੀ ਇੱਕ ਜਣੇ ਨੇ ਮੈਨੂੰ ਕੋਈ 50 ਲੱਖ ਰੁਪਈਆ ਦੇ ਦਿੱਤਾ ਹੋਵੇ ਚਾਹੇ ਮੈਨੂੰ ਕਿਸੇ ਨੇ 10 ਲੱਖ ਰੁਪਈਆ ਦੇ ਦਿੱਤਾ ਹੋਵੇ, ਇੰਨੀ ਮਾਇਆ ਜ਼ਰੂਰ ਆਈ ਆ, ਕਿਸੇ ਨੇ 1 ਲੱਖ ਖੰਡ ਭੇਜਤਾ, ਕਿਸੇ ਨੇ 50,000 ਭੇਜਤਾ ਵੀ ਇੱਥੋਂ ਤੱਕ, ਅਤੇ ਉਹਨਾਂ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਕਿਉਂਕਿ ਸਮੂਹ ਸੰਗਤਾਂ ਦੇ ਨਾਲ ਹੀ ਆ। ਜੇ ਅੱਜ ਅਸੀਂ ਬਾਹਰ ਬੈਠੇ ਹਾਂ ਤਾਂ ਸੰਗਤਾਂ ਦੇ ਸਿਰ ਬਸੇਰ ਹੀ ਬੈਠੇ ਹਾਂ, ਜਿਹੜੀਆਂ ਸਮੂਹ ਸੰਗਤਾਂ ਦੇ ਸਿਰ ਬਸੇਰ ਅਤੇ ਸਿੱਖ ਜਥੇਬੰਦੀਆਂ ਦੇ। ਚਲੋ ਅੱਜ ਵੀ ਜਿਹੜੇ ਮੇਰਾ ਪਰਿਵਾਰ 'ਚ ਮੈਂ ਬਿਲਕੁਲ ਆਪਦੇ ਜਿਹੜੇ ਬੱਚੇ ਆ ਮੇਰੇ ਵੀ ਉਹ ਸਕੂਲ ਦੇ ਵਿੱਚ ਪੜ੍ਹਦੇ ਰਹੇ ਆ, ਅਤੇ ਇੱਕ ਬਹੁਤ ਜਿਹੜੀ ਜ਼ਿੰਦਗੀ ਉਹ ਥੋੜ੍ਹਾ ਜਿਹਾ ਵੀ ਔਖਾ ਚੱਲ ਰਿਹਾ, ਅਤੇ ਇਹ ਨਹੀਂ ਵੀ ਚਲੋ ਮੰਨਦੇ ਹਾਂ ਵੀ ਕਈ ਵਾਰ ਮੈਂ ਇੱਥੇ ਗੱਲ ਕਰਾਂਗਾ ਕਲੀਅਰ ਵੀ ਕਿਤੇ ਵੇਖੋ ਮੈਂ ਤਾਂ ਰੱਖਦਾ ਨਹੀਂ ਗਾ ਵੀ ਜੱਟ ਜਿਹਦੇ ਕੋਲ ਪੈਲੀ ਉਹਨੂੰ ਜੱਟ ਬਣ ਗਿਆ, ਜੇ ਉਹ ਲੱਕੜ ਦਾ ਕੰਮ ਕਰਦਾ ਉਹ ਤਰਖਾਣ ਬਣ ਗਿਆ, ਜੇ ਕੋਈ ਵਾਲਾਂ ਦਾ ਕੰਮ ਕਰਦਾ ਉਹ ਸਹਾਈ ਬਣ ਗਿਆ, ਕਿਉਂਕਿ ਜਾਤਾਂ ਪਾਤਾਂ ਇਹ ਆਪ ਆਪਾਂ ਬਣਾਈਆਂ, ਇਹ ਗੁਰੂ ਮਹਾਰਾਜ ਨੇ ਤਾਂ ਸਭ ਇੱਕ ਹੀ ਸਮਝਿਆ ਨਾ, ਅਤੇ ਮੈਂ ਜਾਤ ਪਾਤ ਦੇ ਚੱਕਰ 'ਚ ਨਹੀਂ ਵੜਾਂਗਾ। ਹੋ ਸਕਦਾ ਮੇਰੇ ਨਾਲ ਇਹ ਥੋੜ੍ਹੀ ਜਿਹੀ ਪ੍ਰੋਬਲਮ ਤਾਂ ਹੋਵੇ, ਇਹ ਇਹ ਸੰਗਤ ਨੂੰ ਵੀ ਖੈ ਸ਼ਾਇਦ ਤੇ ਮਜ਼ਬੀ ਤੇ ਦੀ ਹਲਫਾਈ ਨਹੀਂ ਕਰਨੀ, ਕਿਉਂਕਿ ਇਹ ਸੰਗਤ ਤੋਂ ਇੰਨਾ ਫਰਕ ਨਾ ਰੱਖਿਆ ਕਰੋ, ਤੁਸੀਂ ਸਪੋਰਟ ਕੀਤੀ ਆ ਜ਼ਰੂਰ ਕੀਤੀ ਆ ਪਰ ਫਰਕ ਰੱਖ ਕੇ ਕੀਤੀ ਆ। ਵੇਖੋ ਅੱਜ ਜੇ ਉਹ ਵੀਰ ਹੀ ਤਾਂ ਉਹ ਕਿੱਥੇ ਅਤੇ ਮੈਂ ਕਿੱਥੇ ਹਾਂ, ਬਾਕੀ ਮੈਂ ਇਹਨਾਂ ਗੱਲ ਚੱਕਰਾਂ 'ਚ ਪੈਂਦਾ ਨਹੀਂ ਗਾ, ਇਹ ਤੁਸੀਂ ਸੋਚਣਾ, ਇਹ ਤੁਸੀਂ ਵੇਖਣਾ। ਇੱਕ ਵੇਖੋ ਮੈਂ ਕੁਰਬਾਨੀ ਦਾ ਮੁੱਲ ਨਹੀਂ ਮੰਗ ਰਿਹਾ, ਕੁਰਬਾਨੀ ਕਈ ਵਾਰ ਵੇਖੋ ਮਾਲਕ ਦਾ ਭਾਣਾ ਮਿੱਠਾ ਕਰਕੇ ਮੰਨਣਾ ਪੈਂਦਾ, ਹੋ ਸਕਦਾ ਅਸੀਂ ਅੰਦਰ ਪੂਲੇ ਨੂੰ ਮਾਰਤਾ ਫਾਂਸੀ ਸੁਣਾ ਦਿੰਦਾ ਜੱਜ, ਫਾਂਸੀ ਦੇ ਵਿੱਚ
फिर तुम पीला लाते सुप्रीम कोर्ट उन्होंने फिर तब्दील कराते भी ये फांसी के रूप से भी इन्हों लाइफ टाइम अंदर फिर लाइफ टाइम अंदर रहना पैंदा सानू तो फिर भी शुकराना करना ही ना ही मालक का तो शुक्रिया मालक का भी जेडे अं बहर आ गए आपके बच्चों फिर भी शुक्र करते भी शुक्रिया रिहा होके आ गए तो भी बहरलिया संगतों के सिर बसेर। अच्छा जी एक आखिरी सवाल है मेरा कदे पूले पिंड फिर गए हो पूले पिंड वाले तो सुभाविक तौर पर पता ही होगा भी ये मुंडा ये हरचंद सिंह है जिहड़ा उन्हां दोनों विचों एक सी जिन्हें साढ़े पिंड के बंदे नूं मारिया जां उहदी माँ कहिंदी हो उहदी भैण कहिंदी हो भी साढ़े अपने नूं अग ला के जिउंदा साड़िया सीगा तां कदे पूले पिंड गए उस जे गए हैं तो उन्हां पिंड वालिआं दा किस तरीके का तुहाडे प्रति विचार ने किस तरीके का रिएक्शन पूले पिंड मैं कल जाके आया कल मैं गया परिवार समेत मैं गुरद्वारा साहब गया मैं गुरद्वारा साहब ज्यों दर्शन करन गया तो कुजरती उत्थे प्रैस रिपोर्टर वाले आ गए आ प्रैस रिपोर्टर उन्हें मैनू पछाण के उन्हें मेरिया उन्हें दसी गल भी आते हरचंद सिंह जदों 2008 च पूला मारिया ही तो असी खबर ला के घरों लिख के तो हाली दफ्तर च आना तो फिर फोन आ जाने घट तो घट भी चार चार पाँच पाँच खबर रोज दियाँ तेरिया जिहड़ियां साडे कोलों लगदियां रहियां क्यों कभी किस जहबंदी ने आ जाना कभी किसी ने घर आ जाना तो सानू खबर लाउणियां पैंदियां उन्हें मैनू उत्थे पछाण लिया पछाण के तो फिर अं उ गलबात पूले पिंड की तो पूले पिंड के जिन्हें भी अपना उत्थे गुरद्वारा साहब होण ए टाइम तो सेवा चल रही है तो जे जिहड़े सेवादार उत्थे सेवा करा रहे आ तो उन्होंने साडा उत्थे माण सत्कार किया। हाँ जी मतलब उत्थे कहिंदा मतलब पिंड वालिआं दे विच रोस तुहाडे प्रति जां कोई इदां दा नहीं कदी भी तुहानूं अज तक होया जां जे तुसीं पहली बार भी गए इदां दा एक्सपीरियंस वेखो पूला भावें उत्थों का पूला ये आ भाई तारा सिंह भाई तारू सिंह पूले पिंड भाई तारू सिंह का पूले पिंड दे विच जद्दी गुरद्वारा साहब आ जद्दी गुरद्वारा साहब उत्थे आ ते ये पूले ने कब्जा किया होया सी क्योंकि अज भी वह गुरद्वारा साहब की 12 किले पैली आ लोह दे नाम बोलती आ गुरद्वारा साहब दे नाल लागे लागे पूले ने कब्जे किए सी लागे लागे जिहड़े को जट जिमीदार सारे भैन भरा पैली बन्ने वाले पूले तो तंग परेशान ही क्यों उन्हां दा जाड़ा करदा सी उत्थे पूला तो काफ़ी वह परेशान ही तो बाकी यह भी जिहड़ा काम करना ही करता तो बाकी पिंड वालों इहो जी कोई गलबात नहीं भी मेरे ना जे कोई विगतरा रखिया होवे कल मैं जाके आया परिवार समेत तो उन्हें मेरा उत्थे माण सत्कार किया। हाँ बहुत अच्छा भाई हरचंद सिंह जी मैं थोड़ा धन्यवाद करता तुम समा दिता क्योंकि बहुत सारे जोड़े साढ़े दर्शक ने अमेरिका कैनेडा या वक्त मुल्कों के बैठे उन्होंने वालों लगातार मांग की जा रही थी तो रूबरू होने की इंटरव्यू सुनना चाहते थे तोड़ी हड बीती सुनना चाहते थे जिंदगी थोड़ी कितने खड़ी है किस तरीके संघर्ष भरया जीवन अगे लंघिया तो तमाम जी चीज़ा सी सुनना चाहते थे और बहुत सारे दर्शक इदा के भी हो जो चाहते हो जो तुम्हें मिलना हो कितने मिल सकते हैं या कोई फोन के उत्ते बहरों संपर्क करना चाहता हो तो मैं वो चाहूँगा एक बार अपना एड्रैस और फोन नंबर दर्शकों का साझा जो। देखो बार वाली संगत का मैं बहुत बहुत तहे दिलों धन्यवादी हाँ क्योंकि साडा सारा परिवार ही मेरे बच्चे समेत सारा परिवार अं तहे दिलों बार वालों का धन्यवाद आ क्योंकि जे अगे भी इन्होंने बहुत ज्यादा चलो हलफ की साड़ी ता ही मैं बहर आया तो हूँ भी जे भरा उठा तो इन्हों बार वालों ने क्योंकि दुख दर्द मेरा ये बार वाले समझते आ क्यों मालक ने सेवा सेवा मालक ने कृपा की आ तो सेवा आप करती है तो हूँ मैं थां थां तो मंगन जाना नहीं किसी तो क्योंकि एड्डी वड्डी कुरबानी करके ये तो हूँ बाहर वालों ने सोचना तो बाहर वालों का तहे दिलों मैं धन्यवादी हाँ ये मैं एड्रेस अपना दसना चाहवागा जद्दी पिंड है जोड़ा वो पिंड माड़ी कंबोके जिला तरन तारण हूँ जिला तरन तारण पिंड कालवा नशहरा पन्नवा पिंड कालवा क्योंकि कई रहा भुलेखा पै जाता जिला मैं ता दसन दिया कई रहा हूँ कालवा कई आ जिला तरन तारण पिंड कालवा नशहरे पन्नवा के लागे तो लंबर मेरा है 85448 4416 दोबारा रिपीट मैं फिर कर दिना 85448 4416 क्यों बाहर वालों का बहुत बहुत धन्यवाद क्योंकि इतने मैं होर दस देना चाहना ना तो मेरा कोई पैली बन्ना ना कोई इन्नी कोई जहदाद है भी मैं कोई क्योंकि मेरे जिहड़ा बच्चों का तो परिवार का तो जिहड़ा घर का वो भी जाने के मुश्किल आ क्योंकि एक हुंदा पैली बन्ना
ਪੈਲੀ ਬੰਨਾ ਹੋਵੇ ਤਾਂ ਚਲੋ ਕੋ ਨਾ ਕੋ ਤਿਲ ਫੁੱਲ ਜਿਹੜਾ ਉਹ ਪੈਲੀ ਬੰਨੇ 'ਚੋਂ ਆਈ ਜਾਂਦਾ, ਆਪਦੀ ਬੰਦਾ ਮਿਹਨਤ ਕਰੀ ਜਾਂਦਾ। ਚਲੋ ਖੈਰ, ਬਾਹਰ ਵਾਲਿਆਂ ਦੀ ਸਪੋਰਟ ਦੇ ਨਾਲ ਇੱਥੇ ਅਸੀਂ ਛੋਟਾ ਜਿਹਾ ਕਰਿਆਨਾ ਸਟੋਰ ਖੋਲ੍ਹਿਆ ਸੀ। ਉਹ ਕਰਿਆਨਾ ਸਟੋਰ ਖੋਲ੍ਹਿਆ ਇਹ ਬਾਹਰ ਵਾਲਿਆਂ ਦੀ ਸਪੋਰਟ ਦੇ ਨਾਲ, ਅਤੇ ਉਹ ਲੋਕਡਾਊਨ ਦੇ ਵਿੱਚ ਵੀ ਬਹੁਤ ਜ਼ਿਆਦਾ ਔਖਾ ਹੋ ਗਿਆ। ਔਖਾ ਇੱਦਾਂ ਹੋ ਗਿਆ ਵੀ ਤਾਂ ਠੀਕ ਹੈ ਹਰਚੰਦ ਸਰਚੰਦ ਜੀ, ਤੁਹਾਡੇ ਨਾਲ ਬੇਨਤੀ ਮੈਂ ਵੀ ਕਰ ਦਿੰਦਾ। ਤਾਂ ਇਹ ਭਾਈ ਹਰਚੰਦ ਸਿੰਘ ਜੀ ਜਿਹਨਾਂ ਦੇ ਵੱਲੋਂ ਪੂਲੇ ਨਿਹੰਗ ਨੂੰ ਸੋਧਾ ਲਗਾਇਆ ਗਿਆ ਸੀ। ਪੂਰੀ ਵਿਸਥਾਰ ਦੇ ਵਿੱਚ ਗੱਲਬਾਤ ਦੱਸੀ ਆ ਵੀ ਕਿਵੇਂ ਉਹ ਪਲਾਨ ਬਣਿਆ ਨਵਤੇਜ ਗੁੱਗੂ ਦੇ ਨਾਲ, ਕਿਵੇਂ ਉਸ ਜਿਹੜਾ ਦੁਸ਼ਟ ਸੀਗਾ ਉਸਨੂੰ ਸੋਧਾ ਲਾਇਆ, ਤਾਂ ਕਿਵੇਂ ਅਗਲੀ ਜ਼ਿੰਦਗੀ ਕੱਟੀ। ਔਰ ਖਾਸ ਗੱਲ ਹੈ ਵੀ ਅੱਜ ਜਦੋਂ ਪੂਲੇ ਪਿੰਡ ਜਾ ਕੇ ਆਉਂਦੇ ਨੇ ਹਰਚੰਦ ਸਿੰਘ ਹੁਣ ਵੀ, ਤਾਂ ਪੂਲੇ ਪਿੰਡ ਦੇ ਲੋਕ ਇਹਨਾਂ ਨੂੰ ਬੜੇ ਮਾਣ ਅਤੇ ਸਨਮਾਨ ਦੇ ਨਾਲ ਭੇਜਦੇ ਨੇ। ਔਰ ਇੱਕ ਕੁਝ ਵੀਡੀਓਜ਼ ਵੀ ਤੁਸੀਂ ਇਸ ਇੰਟਰਵਿਊ ਦੇ ਵਿੱਚ ਦੇਖੀਆਂ ਹੋਣਗੀਆਂ ਕਿ ਕਿਸ ਤਰੀਕੇ ਦਾ ਇੱਕ ਟੋਆ ਕਹਿ ਲਈਏ ਜਾਂ ਭੋਰੇ ਦੇ ਨਾਮ ਦੇ ਉੱਤੇ ਉਸ ਦੇ ਵੱਲੋਂ ਇੱਕ ਮੋਰਚਾ ਬਣਾਇਆ ਗਿਆ ਸੀ ਉਸ ਗੁਰਦੁਆਰੇ ਦੇ ਥੱਲੇ, ਜਿੱਥੇ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹਥਿਆਰ ਰੱਖਦਾ ਸੀਗਾ। ਫਿਲਹਾਲ ਤੁਹਾਡੇ ਨਾਲ ਨੰਬਰ ਵੀ ਭਾਈ ਹਰਚੰਦ ਸਿੰਘ ਜੀ ਹੋਰਾਂ ਨੇ ਸਾਂਝਾ ਕੀਤਾ, ਆਪਣਾ ਐਡਰੈਸ ਵੀ ਤੁਹਾਡੇ ਨਾਲ ਸਾਂਝਾ ਕੀਤਾ। ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਮਿਲ ਵੀ ਸਕਦੇ ਹੋ, ਫੋਨ ਦੇ ਉੱਤੇ ਬਾਹਰੋਂ ਸੰਪਰਕ ਕਰਨਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਫਿਲਹਾਲ ਕੈਮਰਾਮੈਨ ਰਈਸ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਤਰਨਤਾਰਨ।